ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Sahib Satguru Guru Granth Sahib Ji di pavan god da nigman de Guru Granth Sahib Sangh Ji ho aao sab to pehla Satguru Ji di bakhshish kiti hoye fate di saanjh paiye koi rasna vanji na rahe karo kripa deo sis wahe Guru Ji ka khalsa wahe Guru Ji ki fateh। ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਨ, ਅਖੀਰ 'ਤੇ ਉਹਨਾਂ ਨੇ ਸ਼ਬਦ ਪੜ੍ਹਿਆ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਸਤਿਸੰਗ ਜੀ, ਅਸਲ ਵਿੱਚ ਜੀਵਨ ਦਾ ਮਨੋਰਥ ਜੋ ਆਪਾਂ ਗੁਰੂ ਦੇ ਦੁਆਰੇ ਆ ਕੇ ਸਿੱਖਣਾ ਹੁੰਦਾ ਹੈ, ਉਹ ਉਹਨਾਂ ਨੇ ਉਸ ਸ਼ਬਦ ਦੇ ਵਿੱਚ ਸਾਨੂੰ ਦ੍ਰਿੜ ਕਰਾਇਆ ਹੈ। ਕਿਉਂਕਿ ਆਪਾਂ ਵੇਖਦੇ ਹਾਂ, ਜੇ ਕਿਤੇ ਹਵਾ ਕਿਸੇ ਮਰਿਆਦਾ ਨੂੰ ਤੋੜ ਕੇ ਬਾਹਰ ਚੱਲਦੀ ਹੈ ਤਾਂ ਉਹ ਸਭ ਕੁਝ ਤੈਸ਼ ਨੈਸ ਕਰ ਦਿੰਦੀ ਹੈ, ਅਤੇ ਉਹੀ ਹਵਾ ਸਾਡੇ ਜੀਵਨ ਦਾ ਆਧਾਰ ਹੈ। ਜੇ ਉਹ ਆਪਣਾ ਕੰਮ ਕਰਨਾ ਰੋਕ ਦੇਵੇ ਤਾਂ ਸਾਡਾ ਜੀਵਨ ਜਿਹੜਾ ਹੈ ਉਹ ਰੁਕ ਜਾਂਦਾ ਹੈ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਪਾਣੀ ਸਾਡਾ ਆਧਾਰ ਹੈ, ਜਦੋਂ ਮਰਿਆਦਾ ਦੇ ਵਿੱਚ ਚੱਲਦਾ ਹੈ ਉਹ ਸਾਡੇ ਲਈ ਸੁਖਦਾਇਕ ਹੈ, ਪਰ ਜਦੋਂ ਕਿਤੇ ਉਹ ਮਰਿਆਦਾ ਨੂੰ ਉਲੰਘ ਦਿੰਦਾ ਹੈ ਤਾਂ ਫਿਰ ਸਭ ਕੁਝ ਰੋੜ ਕੇ ਲੈ ਜਾਂਦਾ ਹੈ। ਅੱਗ ਹੈ, ਜੇ ਉਹ ਮਰਿਆਦਾ ਦੇ ਅੰਦਰ ਰਹਿੰਦੀ ਹੈ ਤਾਂ ਸਾਡੇ ਲਈ ਸੁਖਦਾਇਕ ਹੈ, ਪਰ ਜਦੋਂ ਕਿਤੇ ਮਰਿਆਦਾ ਉਲੰਘ ਕੇ ਉਹ ਆਪਣਾ ਰੂਪ ਦਿਖਾਉਂਦੀ ਹੈ ਤਾਂ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਸਾਡਾ ਮਨੁੱਖਾ ਜੀਵਨ ਹੈ, ਜੇ ਕਿਸੇ ਮਰਿਆਦਾ ਦੇ ਵਿੱਚ ਚੱਲਦਾ ਹੈ ਫਿਰ ਸੁਖਦਾਈ ਹੈ, ਉਹ ਆਪਣੇ ਆਪ ਲਈ ਵੀ, ਆਪਣੇ ਪਰਿਵਾਰ ਲਈ ਵੀ, ਸਮਾਜ ਲਈ ਵੀ, ਕੌਮ ਲਈ ਵੀ, ਦੇਸ਼ ਲਈ ਸੁਖਦਾਈ ਹੋਏਗਾ। ਪਰ ਜਦੋਂ ਉਹ ਮਰਿਆਦਾ ਨੂੰ ਉਲੰਘ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹਦੇ ਨਾਲ ਉਹ ਆਪਣੇ ਆਪ ਵੀ ਦੁਖੀ ਹੁੰਦਾ ਹੈ, ਪਰਿਵਾਰ ਵੀ ਦੁਖੀ ਹੁੰਦਾ ਹੈ, ਸਮਾਜ ਵੀ ਦੁਖੀ ਹੁੰਦਾ ਹੈ, ਕੌਮ ਵੀ ਦੁਖੀ ਹੁੰਦੀ ਹੈ, ਜਿਵੇਂ ਕਿ ਆਪਾਂ ਵੇਖ ਰਹੇ ਹਾਂ। ਸੋ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਪਾਵਨ ਅਸਥਾਨ 'ਤੇ ਅਸਲ ਵਿੱਚ ਜੀਵ ਨੂੰ ਦ੍ਰਿੜ ਹੀ ਕਰਾਇਆ ਕਿ ਜੇ ਤੂੰ ਮਰਿਆਦਾ ਦੇ ਵਿੱਚ ਰਹੇਂਗਾ ਤਾਂ ਮੈਂ ਤੈਨੂੰ ਆਪਣਾ ਸਭ ਕੁਝ ਦੇਵਾਂਗਾ, ਪਰ ਜਦੋਂ ਕਿਤੇ ਤੂੰ ਮਰਿਆਦਾ ਤੋਂ ਵੱਖ ਹੋਏਗਾ ਮਤ ਜਾਣੀ ਮੇਰਾ ਸਰੀਰ ਦੇ ਨਾਲ ਕੋਈ ਵਾਸਤਾ ਨਹੀਂ, ਮੈਂ ਤੈਨੂੰ ਕੋਈ ਪਿਆਰ ਨਹੀਂ ਕਰਾਂਗਾ, ਮੈਂ ਤੇਰੀ ਕੋਈ ਪ੍ਰਤੀਤ ਨਹੀਂ ਕਰਾਂਗਾ। ਕਿਉਂਕਿ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਭਰਮ ਭੇਖਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਇਸ ਸੰਸਾਰ 'ਤੇ ਜਿੰਨੇ ਪੀਰ ਰਿਸ਼ੀ ਮੁਨੀ ਪੈਗੰਬਰ ਔਲੀਏ ਆਏ ਉਹ ਆਪਣਾ ਮਰਤਬਾ ਆਪ ਹੀ ਰਹੇ, ਪਰ ਸਿੱਖ ਨੂੰ ਸਿਰਫ ਸੇਵਕ ਦੇ ਰੂਪ ਵਿੱਚ ਹੀ ਉਸਨੇ ਸਵੀਕਾਰ ਕੀਤਾ। ਪਰ ਅਸੀਂ ਉਹ ਸਤਿਗੁਰੂ ਦੇ ਦੇਣਦਾਰ ਹਾਂ, ਕਰਜ਼ਦਾਰ ਹਾਂ, ਜਿਨ੍ਹਾਂ ਨੇ ਇੱਥੇ ਆਖਿਆ ਨਹੀਂ ਇਸ ਗੱਲ ਨੂੰ ਸਿੱਧ ਕਰ ਵਿਖਾਇਆ, ਹੋ ਰਿਹਾ ਗੰਗ ਵਹਾਈ ਹੈ ਦੁਨਿਆਈ ਆਖੈ ਕਿ ਕਿਉਂ। ਦੁਨੀਆ ਇਸ ਗੱਲ ਤੋਂ ਹੈਰਾਨ ਹੋ ਗਈ ਕਿ ਅੱਜ ਗੁਰੂ ਨੇ ਚੇਲੇ ਦੇ ਸਿਰ 'ਤੇ ਅਸੀਸ 'ਤੇ ਜੋ ਆਪਣਾ ਸੀਸ ਨਿਵਾ ਦਿੱਤਾ ਹੈ।
ਸੋ ਆਪਾਂ ਉਸ ਮਹਾਨ ਗੁਰੂ ਦੇ ਦਰ ਤੇ ਆਏ ਹਾਂ ਜੋ ਸਤਿਗੁਰਾਂ ਨੇ ਸਾਨੂੰ ਉਹ ਮਰਿਆਦਾ ਦ੍ਰਿੜ ਕਰਾਈ ਸੀ, ਜੋ ਸਾਨੂੰ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਪੰਜ ਗੁਣ ਬਖਸ਼ਿਸ਼ ਕੀਤੇ ਸਨ, ਕਿਉਂਕਿ ਇਹ ਸਰੀਰ ਦੀ ਗੱਲ ਨਹੀਂ, ਭਾਵੇਂ ਕਿ ਉਹ ਸਰੀਰਕ ਰੂਪ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕੀਤੇ ਸੰਗ ਦੇ ਸਾਹਮਣੇ, ਪਰ ਅਸਲ ਵਿੱਚ ਉਹ ਦੈਵੀ ਗੁਣ ਸਨ ਜਿਹੜੇ ਕਿ ਸਿੱਖ ਦੇ ਅੰਦਰ ਸਤਿਗੁਰੂ ਵਸਾਉਣਾ ਚਾਹੁੰਦੇ ਸਨ। ਅੱਜ ਆਪਣਾ ਆਪਣੇ ਅੰਦਰ ਝਾਤ ਮਾਰਨੀ ਆ ਕਿ ਸਾਡੇ ਅੰਦਰ ਉਹ ਗੁਣ ਹਨ, ਦਇਆ ਹੈ, ਧਰਮ ਹੈ, ਹਿੰਮਤ ਹੈ, ਸੂਰਵਤਾਈ ਹੈ, ਮੁੱਖਮਤਾਈ ਜਿਸਨੂੰ ਆਪਾਂ ਕਹਿੰਦੇ ਹਾਂ, ਅਤੇ ਫਿਰ ਜੇ ਇਹ ਸਭ ਕੁਝ ਹੈ ਫਿਰ ਆਪਣੇ ਆਪ ਇਸ ਸਿੱਖ ਦੇ ਅੰਦਰ ਜਿਹੜੀ ਸਾਹਿਬੀ ਉਹ ਵੀ ਆ ਜਾਏਗੀ। ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ, ਮੈਂ ਤਾਂ ਇੱਕੋ ਬੇਨਤੀ ਕਰਨੀ ਆ ਕਿ ਆਪਾਂ ਇਸ ਦਰ 'ਤੇ ਆਏ ਹਾਂ, ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀਏ, ਪਾਤਸ਼ਾਹ ਜੇ ਭੁੱਲੀ ਜੇ ਚੁੱਕੀ ਸਾਈਂ, ਪੀਤ ਹਿੰਜੀ ਕਾਂਢੀ ਆ ਜਿਨ੍ਹਾਂ ਨੇ ਦੁਜਾਣੇ ਲੱਗਾ, ਝੂਰ ਮਰੋਂ ਸੇ ਵਾਂਢੀ ਆ ਹੋ ਨਾ ਛੋਡਾਂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ, ਪਾਤਸ਼ਾਹ ਰਹਿਮਤ ਕਰੀ। ਕਿਸੇ ਹੋਰ ਦੇ ਦਰ 'ਤੇ ਜਾਣ ਤੋਂ ਪਹਿਲਾਂ ਇਸ ਸਰੀਰ ਦੇ ਵਿੱਚੋਂ ਜਿਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦੇਈ, ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁੱਝੇ ਨਾ ਦੇ, ਜੇ ਤੂੰ ਇਵੇਂ ਰੱਖਸੀ ਜੀਓ ਸਰੀਰ ਓਲੇ, ਇੰਨੇ ਕੁ ਬਚਨ ਕਹਿੰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ। ਮੇਰੀਆਂ ਭੁੱਲਾਂ ਜਾਣ ਕੇ ਮੇਰੀ ਝੋਲੀ 'ਚ ਪਾ ਦੇਣੀਆਂ, ਗੁਰ ਕੇ ਬਚਨਾਂ ਨੂੰ ਹਿਰਦੇ 'ਚ ਥਾਂ ਦੇਣਾ, ਆਓ ਸਤਿਗੁਰ ਦੀ ਉਹ ਦਾਤ ਜੋ ਅਤ ਜ਼ਰੂਰੀ ਹੈ, ਉਮਰ ਦੀ ਦਾਤ ਪੰਜਾਂ ਪਿਆਰਿਆਂ ਤੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰੀ ਅੰਦਰ ਪ੍ਰਾਪਤ ਕਰਕੇ ਉਹਨਾਂ ਦੁਆਰਾ ਦਰਸਾਈ ਹੋਈ ਮਰਿਆਦਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਜੇ ਆਪਾਂ ਆਪਣਾ ਜੀਵਨ ਬਸਰ ਕਰਾਂਗੇ, ਸਤਿਗੁਰੂ ਨੇ ਲਿਖ ਕੇ ਗਰੰਟੀ ਦਿੱਤੀ ਹੈ, ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ, ਕਰੋ ਕਿਰਪਾ ਦਿਓ ਅਸੀਸ ਪਾਉ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣੇ ਵਿਚਾਰਾਂ ਦੇ ਨਾਲ ਸਾਂਝ ਪਾ ਕੇ ਗਏ ਨੇ ਭਾਈ ਦਵਿੰਦਰ ਸਿੰਘ ਜੀ, ਇਹਨਾਂ ਦਾ ਬਹੁਤ ਧੰਨਵਾਦ। ਸੋ ਹੁਣ ਮੈਂ ਬਹੁਤਾ ਸਮਾਂ ਨਾ ਲਵਾਂ, ਬੇਨਤੀ ਕਰਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ, ਕਿ ਆ ਕਰਕੇ ਕੁਝ ਕੁ ਵਿਚਾਰਾਂ ਦੇ ਨਾਲ ਸਾਂਝ ਪਾਉਣ, ਪ੍ਰੇਰਨਾ ਕਰਨ ਕਿ ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਉਹ ਵੀ ਗੁਰੂ ਦੇ ਨਾਲ ਜੁੜਨ, ਖਾਲਸਾ ਪੰਥ ਦੇ ਅੰਦਰ ਆਪਣਾ ਦਾਖਲਾ ਲੈਣ, ਐਡਮਿਸ਼ਨ ਫਾਰਮ ਭਰਨ, ਅਤੇ ਉਹ ਐਡਮਿਸ਼ਨ ਫਾਰਮ ਕੇਵਲ ਅਤੇ ਕੇਵਲ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਕੇ ਹੀ ਭਰੀ ਜਾ ਸਕਦੀ ਹੈ। ਆਓ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਸੰਸਾਰ ਦੇ ਇਤਿਹਾਸ ਵਿੱਚ ਇੱਕੋ ਇੱਕ ਕੌਮ ਹੈ ਜੋ ਆਪਣਾ ਪ੍ਰਗਟ ਦਿਹਾੜਾ ਪ੍ਰਕਾਸ਼ ਦਿਹਾੜਾ ਵੀ ਮਨਾਉਂਦੀ ਹੈ, ਨਹੀਂ ਤਾਂ ਸੰਸਾਰ ਦੇ ਹੋਰ ਕਿਸੇ ਧਰਮ ਨੂੰ ਹੋਰ ਕਿਸੇ ਕੌਮ ਨੂੰ ਇਹ ਸੁਭਾਗਾ ਸਮਾਂ ਪ੍ਰਾਪਤ ਨਹੀਂ ਹੋਇਆ ਕਿ ਸਮੁੱਚੀ ਕੌਮ ਦਾ ਹੀ ਕੋਈ ਪ੍ਰਕਾਸ਼ ਦਿਹਾੜਾ ਕੋਈ ਪ੍ਰਗਟ ਦਿਹਾੜਾ ਹੋਵੇ।
ਇਹ ਕੇਵਲ ਤੇ ਕੇਵਲ ਸਾਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਣ ਦਿੱਤਾ ਹੈ। ਅੱਜ ਅਸੀਂ ਖਾਲਸਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਕੱਤਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਖਾਲਸਾ ਜੀ ਦੇ ਪਰਿਭਾਸ਼ਾ, ਖਾਲਸਾ ਕੌਣ ਹੈ, ਖਾਲਸਾ ਕਦੋਂ ਪ੍ਰਗਟ ਹੋਇਆ, ਖਾਲਸੇ ਦੇ ਪ੍ਰਗਟ ਹੋਣ ਦੇ ਨਾਲ ਹਿੰਦੁਸਤਾਨ ਦੇ ਇਤਿਹਾਸ ਵਿੱਚ, ਇੱਥੋਂ ਦੀ ਵਿਚਾਰਧਾਰਾ ਵਿੱਚ ਕੀ ਤਬਦੀਲੀ ਆਈ, ਇਹ ਸੰਖੇਪ ਦੇ ਨਾਲ ਮੈਂ ਬਾਅਦ ਵਿੱਚ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਾਂਗਾ। ਪਰ ਪਹਿਲਾਂ ਮੈਨੂੰ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਇੱਕ ਗੱਲ ਚੇਤੇ ਆ ਗਈ। ਉਹ ਕਹਿੰਦੇ ਨੇ ਜਦੋਂ ਅਨਮਤੀ ਧਰਮਾਂ ਦੀ ਕੰਪੈਰੇਟਿਵ ਸਟੱਡੀ ਕਰੀਏ ਨਾ, ਫਿਰ ਇਹ ਪਤਾ ਲੱਗਦਾ ਹੈ ਕਿ ਈਸਾਈ, ਮੁਸਾਈ, ਯਹੂਦੀ ਤੇ ਇਸਲਾਮ ਧਰਮ ਦੀ ਇੱਕ ਧਾਰਨਾ ਹੈ ਕਿ ਖੁਦਾ ਅੱਲਾ ਤਾਲਾ ਨੇ, ਇਹ ਹਦੀਸਾਂ ਵਿੱਚ ਵੀ ਲਿਖੀ ਹੈ, ਖੁਦਾ ਅੱਲਾ ਤਾਲਾ ਨੇ ਜੋ ਪਹਿਲਾ, ਸਭ ਤੋਂ ਪਹਿਲਾ ਮਨੁੱਖ ਇਸ ਧਰਤੀ ਦਾ ਸਾਜਿਆ, ਉਹ ਸੀ ਆਦਮ। ਆਦਮ ਨੂੰ ਬਣਾਉਣ ਦੇ ਲਈ ਖੁਦਾ ਅੱਲਾ ਤਾਲਾ ਨੂੰ 230 ਸਾਲ ਦਾ ਸਮਾਂ ਲੱਗਿਆ। ਆਦਮ ਸੁੱਤਾ ਪਿਆ ਸੀ, ਬਾਈਬਲ ਵਿੱਚ ਲਿਖਿਆ, ਖੁਦਾ ਨੇ ਉਹਦੀ ਬੱਖੀ ਵਿੱਚੋਂ ਇੱਕ ਹੱਡੀ ਕੱਢ ਕੇ ਔਰਤ ਬਣਾ ਦਿੱਤੀ। ਇਸ ਸੁਭਾਗੀ ਜੋੜੀ ਨੂੰ ਸਵਰਗਾਂ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ, ਪਰ ਸ਼ਰਤ ਲਾ ਦਿੱਤੀ ਕਿ ਤੁਸੀਂ ਕਦੇ ਵੀ ਗਿਆਨ ਦਾ ਫਲ ਨਹੀਂ ਖਾਣਾ। ਧਿਆਨ ਦਿਓ ਸਾਧ ਸੰਗਤ, ਇਹ ਪਾਬੰਦੀ ਆਇਦ ਕੀਤੀ ਗਈ। ਬਾਬਾ ਰਵਿਦਾਸ ਜੀ ਨੇ, ਬਾਬਾ ਕਬੀਰ ਜੀ ਨੇ ਰਾਗ ਗੌਂਡ ਦੇ ਵਿੱਚ ਇਸ ਕਹਾਣੀ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਇਹ ਸੁਚੇਤ ਕੀਤਾ ਹੈ ਕਿ ਜੇ ਗੁਰੂ ਕੇ ਭਾਣੇ ਭਾਈ ਸਾਹਿਬ ਸੱਚਖੰਡ ਸ੍ਰੀ ਦਰਬਾਰ ਦੇ ਦਰਬਾਰ ਸਾਹਿਬ ਦੇ ਕੀਰਤਨੀਆਂ ਨੇ ਭਾਣੇ ਦੀ ਗੱਲ ਕੀਰਤਨ ਵਿੱਚ ਕੀਤੀ ਸੀ ਕਿ ਭਾਣੇ ਰਜ਼ਾ ਅਤੇ ਪ੍ਰਭੂ ਦੇ ਹੁਕਮ ਵਿੱਚ ਰਹਿਣਾ ਹੈ, ਤੇ ਬਾਬਾ ਕਬੀਰ ਜੀ ਨੇ ਇਹੀ ਗੱਲ ਸਮਝਾਈ ਕਿ ਜੇ ਤੁਸੀਂ ਗੁਰੂ ਦੇ ਹੁਕਮ, ਗੁਰੂ ਕੇ ਭਾਣੇ ਅਥਵਾ ਗੁਰੂ ਦੀ ਰਜ਼ਾ ਵਿੱਚ ਨਹੀਂ ਰਹੋਗੇ ਨਾ, ਤੇ ਬਾਬਾ ਆਦਮ ਵਾਂਗ ਗੁਰੂ ਦਰਬਾਰ ਤੋਂ ਕੱਢੇ ਜਾਓਗੇ। ਪਰਮਾਤਮਾ ਦੇ ਦਰਬਾਰ ਚੋਂ ਬਹਿਸ਼ਤ ਕੀ ਹੈ ਸਾਡੇ ਲਈ, ਸਾਡੇ ਲਈ ਸਵਰਗ, ਸਵਰਗ ਕੀ ਹੈ, ਆਤਮਾ ਤੇ ਪਰਮਾਤਮਾ ਦਾ ਮਿਲਾਪ। ਤੇ ਬਾਬਾ ਜੀ ਕਹਿੰਦੇ ਨੇ, ਬਾਬਾ ਆਦਮ ਕੋ ਕਿਛ ਨਜ਼ਰ ਦਿਖਾਈ, ਉਨ ਭੀ ਭਿਸ਼ਤ ਕਨੇਰੀ ਖਾਈ। ਕਿਉਂਕਿ ਖੁਦਾ ਅੱਲਾ ਤਾਲਾ ਨੇ ਜਿਹੜਾ ਪਹਿਲਾ ਮਨੁੱਖ ਸਾਜਿਆ ਆਦਮ, ਉਹਦੇ ਤੇ ਗਿਆਨ ਦਾ ਫਲ ਖਾਣ ਤੇ ਪਾਬੰਦੀ ਲਾਈ, ਬਹੁਤ ਵੱਡੀ ਘਾਟ ਸੀ। ਇਸ ਘਾਟ ਨੂੰ ਫਿਰ ਪੂਰਾ ਕਰਨ ਦੇ ਲਈ ਖੁਦਾ ਅੱਲਾ ਤਾਲਾ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਫਿਰ ਆਉਣਾ ਪਿਆ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ, ਗੁਰੂ ਨਾਨਕ ਆਮੰਦ ਨਾਰਾਇਣ ਸਰੂਪ, ਆਪ ਨਾਰਾਇਣ ਕਲਾਧਾਰ, ਜਗ ਮੈਂ ਪਰਵਰਿਓ। ਵੀ ਅਕਾਲ ਪੁਰਖ ਵਾਹਿਗੁਰੂ ਆਪ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰਨ ਕਰਕੇ, ਗੁਣਾ ਸਰੂਪੀ ਸਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਆਏ। ਪੂਰੇ 1469 ਤੋਂ ਲੈ ਕੇ 1699 ਅੱਜ ਦਾ ਇਹ ਜੋ ਇਤਿਹਾਸਕ ਇਨਕਲਾਬੀ ਘਟਨਾ ਹੈ, 1469 ਤੋਂ ਲੈ ਕੇ
1699 30 ਮਾਰਚ ਤੱਕ ਪੂਰੇ 230 ਸਾਲ ਦਾ ਸਮਾਂ ਲਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਦਮ ਦੀ ਸੰਤਾਨ ਮਨੁੱਖਤਾ ਨੂੰ ਸੰਪੂਰਨਤਾ ਬਖਸ਼ਣ ਦੇ ਲਈ ਜੋ ਇੱਕ ਸੰਪੂਰਨ ਮਨੁੱਖ ਖਾਲਸੇ ਦੇ ਰੂਪ ਵਿੱਚ ਸਾਜਿਆ, ਉਹ ਮਨੁੱਖ ਹੀ ਇੱਕ ਸੰਪੂਰਨ ਮਨੁੱਖ ਹੈ। ਇਹ ਮੈਂ ਨਹੀਂ ਕਹਿੰਦਾ, ਪ੍ਰੋਫੈਸਰ ਟਾਈਨ ਵੀ ਕਹਿੰਦੇ ਨੇ ਕਿ ਜਿਸ ਸੰਪੂਰਨ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸੇ ਦੇ ਰੂਪ ਵਿੱਚ ਕੀਤੀ, ਉਹਦੇ ਨਾਲ ਉਹ ਸੰਪੂਰਨ ਮਨੁੱਖ ਸੰਸਾਰ ਦੇ ਵਿੱਚ ਨਾ ਕੋਈ ਹੋਇਆ ਹੈ, ਨਾ ਕੋਈ ਅੱਜ ਪੈਦਾ ਕਰ ਸਕਿਆ, ਨਾ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਕਰ ਸਕੇਗਾ। ਭਾਈ ਗੁਰਦਾਸ ਜੀ ਨੇ ਸ਼ਾਇਦ ਤਾਂ ਹੀ ਲਿਖਿਆ ਸੀ, ਗੁਰਵਰ ਅਕਾਲ ਕੇ ਹੁਕਮ ਸਿਓ। ਗੁਰਵਰ ਦਾ ਮਤਲਬ ਵੱਡਾ ਗੁਰੂ ਨਹੀਂ, ਗੁਰਵਰ ਦਾ ਮਤਲਬ ਹੈ ਅਕਾਲ ਬਰਾਬਰ ਗੁਰੂ ਨਾਨਕ ਸੋਧੇ, ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰਵਰ ਅਕਾਲ ਕੇ ਹੁਕਮ ਸਿਓ, ਉਪਜਿਓ ਵਿਗਿਆਨਾ ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ। ਸਾਧ ਸੰਗਤ ਇਹ ਗੱਲ ਪੱਕੇ ਤੌਰ 'ਤੇ ਚੇਤੇ ਰੱਖਣੀ ਹੈ ਕਿ ਖਾਲਸਾ ਕੋਈ ਵਿਅਕਤੀ ਨਹੀਂ, ਸਗੋਂ ਖਾਲਸਾ ਇੱਕ ਸ਼ਕਤੀ ਹੈ। ਨਿਰਗੁਣ ਆਪ ਸਰਵਗੁਣ ਵੀ ਉਹੀ ਪਰਿਪੂਰਨ ਪਰਮਾਤਮਾ ਰਾਮ ਰਹੀਮ ਅੱਲਾ ਈਸ਼ਵਰ ਗੌਡ ਵਾਹਿਗੁਰੂ ਜਿਹੜਾ ਅਨੇਕ ਹੈ, ਜਪ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ, ਫਿਰ ਏਕ ਹੈ, ਉਹਦਾ ਸਰਗੁਣ ਸਰੂਪ ਪ੍ਰਤੱਖ ਮਾਡਲ ਹੈ ਖਾਲਸਾ। ਦਸ਼ਮੇਸ਼ ਪਿਤਾ ਨੇ ਆਪ ਫਰਮਾਨ ਕੀਤਾ ਹੈ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਵੇ ਖਾਲਸਾ, ਮੇਰੇ ਤੇਰੇ ਅਤੇ ਪਰਮੇਸ਼ਰ ਦੇ ਵਿੱਚ ਇੱਕ ਰੱਤੀ ਮਾਤਰ ਵੀ ਭੇਦ ਨਹੀਂ। ਕਿੱਡਾ ਮਾਣ ਦਿੱਤਾ ਯਾਰੋ ਸੰਸਾਰ ਦੇ ਲੋਕ, ਸੰਸਾਰ ਦੇ ਪੈਗੰਬਰ ਜਿਹੜੇ ਸੀ ਉਹ ਭਗਵਾਨ ਭਗਵਾਨ ਹੀ ਰਹੇ, ਅਵਤਾਰ ਅਵਤਾਰ ਹੀ ਰਹੇ, ਪੀਰ ਪੀਰ ਹੀ ਰਹੇ, ਗੁਰੂ ਗੁਰੂ ਹੀ ਰਹੇ, ਕੇਵਲ ਤੇ ਕੇਵਲ ਸੰਸਾਰ ਦੇ ਨਕਸ਼ੇ ਉੱਤੇ ਇੱਕ ਕੌਮ ਹੈ ਜਿਹਦੇ ਬਾਰੇ ਕਿਹਾ ਜਾਂਦਾ ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਪਰ ਸਾਮੀ ਮਤ ਵਾਲੇ ਮਨੁੱਖ ਦੇ ਉੱਤੇ ਗਿਆਨ ਦਾ ਫਲ ਖਾਣ ਦੀ ਪਾਬੰਦੀ ਆਇਦ ਕੀਤੀ ਗਈ ਸੀ, ਜਿਹੜਾ ਸੰਪੂਰਨ ਮੁਖ ਗੁਰੂ ਨਾਨਕ ਪਾਤਸ਼ਾਹ ਨੇ ਪੈਦਾ ਕੀਤਾ, ਉਹਦੇ ਲਈ ਮਨ ਵੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ, ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਏ। ਬਈ ਜਿਹੜਾ ਖਾਲਸਾ ਰੂਪੀ ਸੰਪੂਰਨ ਮਨੁੱਖ 30 ਮਾਰਚ 1699 ਦੀ ਵਿਸਾਖੀ ਨੂੰ ਇਸ ਪਾਵਨ ਸਥਾਨ ਤੇ ਪੈਦਾ ਕੀਤਾ ਗਿਆ, ਉਹਦੇ ਲਈ ਗਿਆਨ ਦਾ ਫਲ ਖਾਣਾ ਜ਼ਰੂਰੀ, ਪਰ ਫੁੱਟ ਦਾ ਫਲ ਖਾਣ ਦੀ ਪਾਬੰਦੀ ਆਇਦ ਕੀਤੀ ਗਈ। ਸ਼ਾਇਦ ਵੱਖ ਵੱਖ ਇਲਾਕਿਆਂ ਦੇ ਵਿੱਚ ਆ ਸਾਡੇ ਖੇਤਾਂ ਦੇ ਵਿੱਚ ਨਾ ਇੱਕ ਫਲ ਲੱਗਦਾ ਹੈ ਜਿਹਨੂੰ ਖੱਖੜੀਆਂ ਕਹਿੰਦੇ ਨੇ ਜਾਂ ਕੱਕੜੀਆਂ ਵੀ ਕਹਿੰਦੇ ਨੇ, ਪਰ ਇੱਧਰ ਸਾਡੇ ਇਲਾਕੇ ਵਿੱਚ ਫੁੱਟ ਕਹਿੰਦੇ ਆ ਉਹਨੂੰ, ਉਹ ਆਪੇ ਹੀ ਪਿਆ ਪਿਆ ਫੁੱਟ ਜਾਂਦਾ, ਆਪੇ ਹੀ ਖਿੜ ਜਾਂਦਾ। ਸੱਚੇ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਫੁੱਟ ਦਾ ਫਲ ਨਹੀਂ ਖਾਣਾ, ਪਰ ਅੱਜ ਤਾਂ ਅਸੀਂ ਦੇਖ ਰਹੇ ਹਾਂ ਵੀ ਹਰ ਜਥੇਬੰਦੀ, ਹਰ ਸਿੱਖ, ਹਰ ਮਨੁੱਖ ਪਤਾ ਨਹੀਂ ਫੁੱਟ ਦਾ ਹੀ ਫਲ ਖਾਣ ਲੱਗ ਪਿਆ।
ਔਰ ਖੱਖੜੀਆਂ ਵਾਂਗ ਜਿਹੜਾ ਆਸੇ ਪਾਸੇ ਹੋਇਆ ਪਿਆ ਹੈ। ਖੈਰ ਖਾਲਸਾ ਜੀ, ਇੱਕ ਗੱਲ ਚੇਤੇ ਰੱਖਣੀ, ਹੁਣੇ ਆ ਬਾਬਾ ਜੀ ਨਾਲ ਵਿਚਾਰ ਹੋ ਰਹੀ ਸੀ ਕਿ ਖਾਲਸਾ ਜਨਮਿਆ ਹੈ ਜਾਂ ਕੁਛ ਹੋਰ, ਸੱਚੇ ਪਾਤਸ਼ਾਹ ਨੇ ਇਹ ਫੈਸਲਾ ਦੇ ਦਿੱਤਾ ਵੀ ਖਾਲਸਾ ਜਨਮਿਆ ਨਹੀਂ, ਕਿਉਂਕਿ ਜੋ ਜਨਮੈ ਸੋ ਜਾਨੋ ਮੂਆ, ਜਿਹਦਾ ਜਨਮ ਹੋ ਗਿਆ ਉਹਦੀ ਮੌਤ ਵੀ ਅਵਸ਼ ਹੋਏਗੀ। ਪਰ ਚੇਤਾ ਰੱਖਣਾ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਪ੍ਰਗਟ ਹੁੰਦਾ ਹੈ ਨਾ, ਉਹਦੇ ਤੇ ਕਦੇ ਮੌਤ ਨਹੀਂ ਆਉਂਦੀ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਇਹ ਪ੍ਰਗਟ ਲਫ਼ਜ਼ ਅਨੇਕਾਂ ਵਾਰੀ ਗੁਰੂ ਸਾਹਿਬਾਨ ਦੇ ਲਈ ਬਾਣੀ ਦੇ ਵਿੱਚ ਵਰਤਿਆ ਹੈ। ਜੇ ਮੈਂ ਇਸ ਪਾਸੇ ਨੂੰ ਚੱਲਾਂ ਥੋੜ੍ਹਾ ਟਾਈਮ ਲੱਗ ਜਾਏਗਾ, ਪਰ ਮੈਂ ਗੱਲ ਕਰ ਰਿਹਾ ਸੀ ਕਿ ਖਾਲਸਾ ਪ੍ਰਗਟਿਆ ਹੈ, ਖਾਲਸਾ ਜਨਮਿਆ ਨਹੀਂ, ਕਿਉਂਕਿ ਸੰਸਾਰ ਦੇ ਜੀਵਾਂ ਦਾ ਅੰਤ ਮੌਤ ਦੇ ਨਾਲ ਹੋ ਜਾਂਦਾ ਹੈ। ਪਰ ਕਮਾਲ ਦੀ ਗੱਲ, ਸਿੱਖ ਦਾ ਜਨਮ ਹੀ ਮੌਤ ਵਿੱਚੋਂ ਹੁੰਦਾ ਹੈ। ਅਸੀਂ ਕਹਿੰਦੇ ਨਾ 30 ਮਾਰਚ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਖੰਡੇ ਦੀ ਧਾਰ ਵਿੱਚੋਂ, ਖੰਡਾ ਕੀ ਹੈ, ਖੰਡ ਖੰਡ ਕਰਨ ਵਾਲੀ ਤਲਵਾਰ, ਤੇਗ ਦੀ ਧਾਰ ਤੇ ਪਰਖਣ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਖਾਲਸਾ ਪ੍ਰਗਟ ਹੋ ਚੁੱਕਿਆ ਹੈ। ਪਰ ਇਸ ਖਾਲਸੇ ਦੀ ਨੀ, ਗੁਰੂ ਨਾਨਕ ਪਾਤਸ਼ਾਹ ਨੇ ਇਹ ਕਹਿ ਕੇ ਰੱਖ ਦਿੱਤੀ ਸੀ, ਖਾਲਸਾ ਮੈਂ ਤੇਰੀ ਇੱਕ ਵਿਸ਼ੇਸ਼ ਡਿਊਟੀ ਲਾਣੀ ਹੈ, ਉਸ ਡਿਊਟੀ ਦੇ ਵਾਸਤੇ ਕਦੇ ਤੇਰਾ ਇਹ ਉਲਾਂਭਾ ਨਾ ਆਵੇ ਮੈਨੂੰ ਰੋਟੀ ਨਹੀਂ ਮਿਲੀ, ਮੈਂ ਤਾਂ ਆਪਣਾ ਧਰਮ ਛੱਡ ਕੇ ਫਲਾਣੇ ਧਰਮ 'ਚ ਵੜ ਗਿਆ, ਮੈਨੂੰ ਭੋਜਨ ਨਹੀਂ ਮਿਲਿਆ ਤੇ ਮੈਂ ਤਾਂ ਫਲਾਣੇ ਡੇਰੇ 'ਚ ਜਾਣ ਲੱਗ ਪਿਆ, ਉੱਥੇ ਬੜਾ ਸਸਤਾ ਭੋਜਨ ਮਿਲਦਾ ਹੈ, ਮੈਂ ਵਿਕਾਊ ਮਾਲ ਨਹੀਂ ਪੈਦਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਤਾਂ ਡਿਊਟੀ ਲਾਣੀ ਹੈ ਕਿ ਤੈਂ ਸੰਤਾਂ ਨੂੰ ਮੰਨਣਾ ਹੈ, ਸੰਤ ਭਾਵ ਭਲੇ ਪੁਰਸ਼ਾਂ ਨੂੰ, ਔਰ ਦੁਸ਼ਟਾਂ ਦੋਖੀਆਂ ਨੂੰ ਡੰਡਣਾ ਹੈ। ਇਸ ਲਈ ਖਾਲਸਾ ਚੇਤਾ ਰੱਖੀ, ਜੇ ਮੇਰੇ ਪੰਥ ਵਿੱਚ ਸ਼ਾਮਿਲ ਹੋਣਾ ਹੈ ਨਾ ਤਾਂ ਪਹਿਲਾਂ ਮਰਨ ਕਬੂਲ। ਭੁੱਖਾ ਮਰਨਾ ਪਿਆ ਨਾ ਕਿਤੇ, ਭੁੱਖ ਹੜਤਾਲ ਰੱਖ ਕੇ ਆ ਫੇਰੂ ਮਾਨ ਦਰਸ਼ਨ ਸਿੰਘ ਜੀ ਵਾਂਗੂ, ਮਾਨਵਤਾ ਦੇ ਭਲੇ ਲਈ, ਸਰਦਾਰ ਗੁਰਬਖਸ਼ ਸਿੰਘ ਵਰਗਿਆਂ ਵਾਂਗੂ, ਬਾਬਾ ਸੂਰਤ ਸਿੰਘ ਬਾਪੂ ਵਾਂਗੂ, ਅੱਜ ਕੋਈ ਨਾਂ ਲਵੇ ਜਾਂ ਨਾ ਲਵੇ ਪਰ ਇਤਿਹਾਸ ਵਿੱਚ ਇਹਨਾਂ ਦਾ ਨਾਂ ਲਿਖਿਆ ਜਾਏਗਾ, ਜਿਨ੍ਹਾਂ ਨੇ ਅੰਤਲੇ ਸਵਾਸ ਤੱਕ ਇਹ ਰਸਤਾ ਵੀ ਅਖਤਿਆਰ ਕਰ ਲਿਆ। ਪਰ ਖਾਲਸਾ ਤੂੰ ਚੇਤਾ ਰੱਖੀ, ਜੇ ਮੇਰਾ ਸਿੱਖ ਬਣਨਾ ਹੈ ਨਾ ਤੈਨੂੰ ਸੀਸ ਤਲੀ ਤੇ ਰੱਖਣਾ ਪੈਣਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੇ। ਸਤਿ ਸੰਗਤ, ਇਹ ਸ਼ਬਦ ਤਾਂ ਤੁਸੀਂ ਜਾਣਦੇ ਹੀ ਹੈ ਨਾ, ਗੱਜ ਕੇ ਬੋਲ ਲਿਆ ਕਰੋ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਦੁਆਰਾ ਸਿਰਜਿਆ ਹੋਇਆ ਜਿਹੜਾ ਮਨੁੱਖ ਹੈ ਨਾ, ਇਹ ਕੋਈ ਆਮ ਰੂਪ ਨਹੀਂ, ਇਹ ਕੋਈ ਸਰੀਰ ਨਹੀਂ ਹੈ, ਇਹ ਚੇਤਾ ਰੱਖਣਾ, ਖਾਲਸਾ ਸੰਤ ਤੇ ਸਿਪਾਹੀ, ਰਾਜ ਤੇ ਯੋਗ, ਧਰਮ ਤੇ ਰਾਜਨੀਤੀ, ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਨਾ ਹੀ ਖਾਲਸਾ ਇੱਕ ਸਰੀਰ ਹੈ, ਖਾਲਸਾ ਤਾਂ ਇੱਕ ਸ਼ਕਤੀ ਹੈ, ਖਾਲਸਾ ਸ਼ੁਭ ਗੁਣਾਂ ਦਾ ਸਮੁੰਦਰ ਹੈ, ਜਿਹਦੇ ਬਾਰੇ ਦਸ਼ਮੇਸ਼ ਪਿਤਾ ਨੇ ਆਪ ਆਖਿਆ ਸੀ ਕਿ ਖਾਲਸਾ ਮੇਰੋ ਬੁੱਧ ਅਰ ਗਿਆਨ, ਖਾਲਸੇ ਕਾ ਹੋ ਧਰੋ ਧਿਆਨ, ਖਾਲਸਾ ਮੇਰਾ ਬੁੱਧ ਹੈ, ਮੇਰੀ ਅਕਲ ਹੈ, ਮੇਰੇ ਗੁਣਾਂ ਦਾ ਸਮੂਹ ਹੈ,
ਤੇ ਖਾਲਸਾ ਜਿਹੜਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਹੈ। ਖਾਲਸੇ ਦਾ ਅਰਥ ਕੀ ਹੈ? ਫਾਰਸੀ ਭਾਸ਼ਾ ਦਾ ਸ਼ਬਦ ਹੈ। ਮੁਗਲ ਸਲਤਨਤ ਦੇ ਸਮੇਂ, ਕਿਉਂਕਿ ਬੜਾ ਲੰਬਾ ਸਮਾਂ ਇੱਥੇ ਦੇਸ਼ ਦੇ ਵਿੱਚ ਮੁਗਲਾਂ ਦਾ ਰਾਜ ਰਿਹਾ, ਉਸ ਵੇਲੇ ਜਿਹੜੀ ਚੀਜ਼ ਸਿੱਧੀ ਬਾਦਸ਼ਾਹ ਦੇ ਅਧੀਨ ਹੁੰਦੀ ਸੀ, ਕੋਈ ਫੌਜ ਦੀ ਟੁਕੜੀ, ਕੋਈ ਜਾਇਦਾਦ, ਉਹਨੂੰ ਖਾਲਸਾ ਫੌਜ ਜਾਂ ਖਾਲਸਾ ਜਾਇਦਾਦ ਆਖਿਆ ਜਾਂਦਾ ਸੀ। ਲਈ ਸੰਗਤ ਪਹਿਲੇ ਨੰਬਰ ਤੇ ਚੇਤੇ ਰੱਖਿਓ, ਗੁਰੂ ਨਾਨਕ ਪਾਤਸ਼ਾਹ ਨੇ ਵੀ ਸਾਡਾ ਸਿੱਧਾ ਸੰਬੰਧ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਦਿੱਤਾ। ਜਦੋਂ ਇਹ ਹੁਕਮ ਕੀਤਾ ਸੀ ਕਿ ਨਾ ਦੇਵ ਦਾਨ ਵਾਦਰਾ ਨਾ ਸਿੱਧ ਸਾਧਕਾ ਤਰਾ ਅਸਤ ਏਕ ਅਸਤ ਏਕ ਦਿਗਰ ਕੁਈ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ। ਖਾਲਸਾ ਜੀ ਨਾਲ ਨਾਲੇ ਸਿੱਖਿਆ ਵੀ ਲੈਂਦੇ ਜਾਇਓ। ਗੁਰੂ ਨਾਨਕ ਪਿਤਾ ਨੇ ਆਖਿਆ ਸੀ ਅਵੇ ਤਵੇ ਕੀ ਚਾਕਰੀ, ਓਏ ਜਣੇ ਖਣੇ ਦੀ ਚਾਕਰੀ, ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜੇ ਭਰ ਨਾਲ ਬੁੜਾਵੇ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਸਾਡਾ ਸਿੱਧਾ ਸੰਬੰਧ ਯਾਦ ਆ ਗਿਆ। 1857 ਦਾ ਗਦਰ ਹੋਇਆ, ਪਾਦਰੀਆਂ ਨੇ ਅੰਗਰੇਜ਼ਾਂ ਨੇ ਦੇਖਿਆ ਵੀ ਇੱਥੇ ਤਾਂ ਲੋਕ ਅਨਪੜ੍ਹ ਜਿਹੇ ਲੱਗਦੇ ਨੇ, ਜਿਹਨਾਂ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰੀਏ। ਉਹਨਾਂ ਨੇ ਉੱਦਮ ਕੀਤਾ, ਆਪਣੇ ਪਾਦਰੀ ਬੁਲਾਏ, ਉਹਨਾਂ ਨੂੰ ਹਿੰਦੀ ਪੰਜਾਬੀ ਸਿਖਾਈ। ਇੱਕ ਬਹੁਤ ਵੱਡਾ ਇਕੱਠ ਕਰਕੇ ਪਾਦਰੀ ਸਾਹਿਬ ਐਵੇਂ ਹੀ ਸੰਬੋਧਨ ਕਰਨ ਲੱਗੇ ਕਿ ਦੇਸ਼ ਵਾਸੀਓ, ਈਸਾ ਪ੍ਰਭੂ ਖੁਦਾ ਦਾ ਵਾਹਿਦ ਪੁੱਤਰ ਹੈ, ਉਹਦੀ ਸ਼ਰਨ ਵਿੱਚ ਆ ਜਾਓ। ਇੱਕ ਵਾਰੀ ਕਿਹਾ, ਦੂਜੀ ਵਾਰੀ ਕਿਹਾ ਕਿ ਈਸਾ ਪ੍ਰਭੂ ਖੁਦਾ ਦਾ ਬੇਟਾ ਹੈ, ਉਹਦੀ ਸ਼ਰਨ ਵਿੱਚ ਆ ਜਾਓ। ਜਦੋਂ ਤੀਜੀ ਵਾਰੀ ਕਿਹਾ ਨਾ, ਇੱਕ ਬਜ਼ੁਰਗ ਖੜਾ ਹੋ ਗਿਆ, ਕਹਿਣ ਲੱਗਾ, ਪਾਦਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਖੁਦਾ ਦਾ ਵਾਹਿਦ ਬੇਟਾ ਹੈ ਈਸਾ ਜੀ ਮਸੀਹ, ਕਿਆ ਖੁਦਾ ਮਰ ਗਿਆ ਹੈ? ਪਾਦਰੀ ਦਾ ਮੱਥਾ ਠਣਕਿਆ, ਚੁੱਪ ਹੋ ਗਿਆ। ਦੁਬਾਰਾ ਸਵਾਲ ਹੋਇਆ, ਪਾਦਰੀ ਸਾਹਿਬ ਖੁਦਾ ਮਰ ਗਿਆ ਕਿ ਜਿਉਂਦਾ ਹੈ? ਕਹਿਣਾ ਪਿਆ ਪਾਦਰੀ ਸਾਹਿਬ ਨੂੰ, ਖੁਦਾ ਤਾਂ ਕਦੇ ਨਹੀਂ ਮਰਦਾ। ਕਹਿਣ ਲੱਗੇ, ਫਿਰ ਜਦੋਂ ਤੱਕ ਪਿਓ ਜਿਉਂਦਾ ਹੋਵੇ ਨਾ, ਉਦੋਂ ਤੱਕ ਬੇਟੇ ਦੀ ਸ਼ਰਨ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ, ਅਸੀਂ ਬੇਟੇ ਨੂੰ ਕਿਉਂ ਮੰਨੀਏ? ਮੇਰੇ ਕਹਿਣ ਦਾ ਮਤਲਬ ਸਾਧ ਸੰਗਤ, ਬਾਪ ਹਮਾਰਾ ਸਦ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ। ਬਈ ਇੱਕੋ ਇੱਕ ਖਾਲਸਾ ਤੂੰ ਹੈ, ਜਿਹਦੇ ਗੁਰੂ ਨੇ ਵੀ ਕਦੇ ਨਹੀਂ ਖਤਮ ਹੋਣਾ ਸੰਸਾਰ ਤੇ, ਕਿਉਂਕਿ ਸ਼ਬਦ ਧਰਤੀ ਤੋਂ ਪਹਿਲਾਂ ਵੀ ਸੀ ਸਿੱਧਾਂ ਨੂੰ। 67ਵੇਂ ਸਵਾਲ ਦਾ ਉੱਤਰ ਦਿੰਦੇ ਹੋਏ ਸਿੱਧ ਗੋਸ਼ਟ ਨਾਮ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਜਵਾਬ ਦਿੱਤਾ ਸੀ, ਜਦੋਂ ਪੁੱਛਿਆ ਸੀ ਸਿੱਧਾਂ ਨੇ, ਜਦੋਂ ਧਰਤੀ ਨਹੀਂ ਬਣੀ ਤੇਰਾ ਗੁਰੂ ਕਿੱਥੇ ਸੀ? ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਕਿ ਉਸ ਵੇਲੇ ਮੇਰਾ ਗੁਰੂ ਅਕਾਲ ਪੁਰਖ ਵਾਹਿਗੁਰੂ ਵਿੱਚ ਭੇਦ ਸੀ। ਦੂਜਾ, ਜਦੋਂ ਧਰਤੀ ਬਣ ਗਈ ਤਾਂ ਵੀ ਮੇਰਾ ਗੁਰੂ ਸ਼ਬਦ ਰੂਪ ਹੋ ਕੇ ਕੀਤਾ ਪਸਾਓ ਏਕੋ ਕਪਾਓ। ਫਿਰ 550 ਸਾਲ ਪਹਿਲਾਂ ਜਦੋਂ ਸਿੱਧ ਪੁੱਛਦੇ ਸੀ ਤੇਰਾ ਗੁਰੂ ਕੌਣ ਹੈ ਹੁਣ, ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ।
ਆ 319 ਸਾਲ ਪਹਿਲਾਂ ਦਸ਼ਮੇਸ਼ ਪਿਤਾ ਜੀ ਜੋਤੀ ਜੋਤ ਸਮਾਣ ਲੱਗੇ, ਸਤਿਗੁਰਾਂ ਤੇ ਪੁੱਛ ਕੀਤੀ, ਸਤਿਗੁਰੂ ਪੰਥ ਨੂੰ ਕਿਸ ਦੇ ਲੜ ਲਾ ਚੱਲੇ ਹੋ? ਹੁਕਮ ਕੀਤਾ ਸੀ ਆਪਨ ਪਉ ਹਉ ਖਾਲਸੇ ਸੌਂਪਾ ਦੁਤੀਏ ਸਰੂਪ ਸਤਿਗੁਰ ਗੁਰ ਗ੍ਰੰਥਾਂ। ਉਦੋਂ ਵੀ ਸਾਡਾ ਗੁਰੂ ਹਾਜ਼ਰ ਸੀ, ਅੱਜ ਵੀ ਹੈ, ਕੱਲ੍ਹ ਨੂੰ ਵੀ ਹੋਏਗਾ, ਆਉਣ ਵਾਲੇ ਅਗਲੇ 100 ਸਾਲ ਜਦੋਂ ਅਸੀਂ ਵਿਸਾਖੀ ਤੇ 2119 ਵਿੱਚ ਇਕੱਠੇ ਹੋਵਾਂਗੇ ਨਾ ਸਾਧ ਸੰਗਤ, ਤਾਂ ਵੀ ਗੁਰੂ ਉਹੀ ਹੋਵੇਗਾ। ਜਦੋਂ 21 ਲੱਖ ਸਾਲ ਬਾਅਦ ਫਿਰ ਖਾਲਸਾ ਇਕੱਠਾ ਹੋਵੇਗਾ ਇੱਥੇ, ਉਦੋਂ ਵੀ ਸਾਡਾ ਗੁਰੂ ਸ਼ਬਦ ਗੁਰੂ ਹੀ ਹੋਵੇਗਾ। ਉਦੋਂ ਹੀ ਭਾਈ ਹਮਾਰੇ ਸਤ ਚਿਰੰਜੀਵੀ, ਭਾਵੇਂ ਸਾਡੀਆਂ ਸ਼ਕਲਾਂ ਬਦਲ ਜਾਣਗੀਆਂ, ਪਰ ਖਾਲਸਾ ਪੰਜ ਕਕਾਰਾਂ ਦਾ ਧਾਰਨੀ, ਦੁਨੀਆਂ ਦੀ ਕੋਈ ਤਾਕਤ ਨਾ ਗੁਰੂ ਗ੍ਰੰਥ ਨੂੰ ਮਿਟਾ ਸਕੇਗੀ, ਨਾ ਗੁਰੂ ਪੰਥ ਨੂੰ ਮਿਟਾ ਸਕੇਗੀ। ਇਹ ਲਈ ਸੱਚੇ ਪਾਤਸ਼ਾਹ ਨੇ ਆਖਿਆ ਖਾਲਸਾ ਅਵੇ ਤਵੇ ਕੀ ਚਾਕਰੀ, ਜਣੇ ਖਣੇ ਦੀ ਚਾਕਰੀ ਵਿੱਚ ਨਹੀਂ ਜਾਣਾ, ਕਿਉਂ ਦਰਗਾਹ ਪਾਵੇ ਪੱਥਰ ਕੀ ਬੇੜੀ ਜੇ ਚੜੇ ਪਰ ਨਾਲ ਬੁੜਾਵੇ। ਇਹ ਚੇਤਾ ਰੱਖਣਾ, ਖਾਲਸਾ ਲਫ਼ਜ਼ ਸਾਡੇ ਨਾਲ 1699 ਦੀ ਵਿਸਾਖੀ ਨੂੰ ਨਹੀਂ ਲੱਗਾ, ਬੜੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ ਕਿ ਅਸੀਂ ਤਾਂ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਅਸੀਂ। ਇਹ ਸ਼ਬਦ ਪਹਿਲੇ ਜਾਮੇ ਤੋਂ ਸਾਡੇ ਨਾਲ ਜੁੜ ਗਿਆ ਸੀ, ਜਦੋਂ ਬਾਬਾ ਕਬੀਰ ਜੀ ਦਾ ਪਾਵਨ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਆਪ ਪੋਥੀ ਪਰਮੇਸ਼ਰ ਕਾ ਥਾਨ ਪੰਜ ਭਗਤਾਂ ਦੀ ਬਾਣੀ ਬਨਾਰਸ ਤੋਂ ਲਈ ਹੈ, ਬਾਬਾ ਰਾਮਾਨੰਦ ਜੀ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਸਹਿਣ ਜੀ, ਬਾਬਾ ਪੀਪਾ ਜੀ। ਉਸ ਵੇਲੇ ਬਾਬਾ ਕਬੀਰ ਜੀ ਦਾ ਇਹ ਸ਼ਬਦ ਵੀ ਸਾਡੇ ਵਿਰਸੇ ਦਾ ਅੰਗ ਬਣ ਗਿਆ ਕਿ ਬਨਖੰਡ ਜਾਏ ਜੋਗ ਤਪਕੀਨੋ ਕੰਧ ਮੂਲ ਚੁਣ ਖਾਇਆ ਨਾਦੀ ਬੇਦੀ ਸ਼ਬਦੀ ਮੋਹਨੀ ਜਮ ਕੇ ਪਟਹ ਲਿਖਾਇਆ। ਭਗਤ ਨਾਰ ਦੀ ਅਰਥਾਂ ਦਾ ਟਾਈਮ ਨਹੀਂ, ਆਪੇ ਸਮਝ ਲਿਓ, ਭਗਤ ਨਾਰ ਦੀ ਰਿਦਨਾ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗ ਨੀ ਡਿੰਬ ਹੋਏ ਬੈਠਾ ਉਹਨਾਂ ਹਰਪੈ ਕਿਆ ਲੀਨਾ ਪਰੇ ਉਹ ਕੌਲ ਸਭੇ ਜਗੇ ਉੱਪਰ ਮਾਹੇ ਲਿਖੇ ਭਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੀ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਖਾਲਸੇ ਬਣਾ ਦਿੱਤਾ ਸੀ, ਬਲਕਿ ਪ੍ਰਿੰਸੀਪਲ ਬਲਜੀਤ ਸਿੰਘ ਜੀ ਨੇ ਅੱਜ ਤੋਂ 35 ਸਾਲ ਪਹਿਲਾਂ ਆਹ ਸੂਰਿਆਲ ਦੀ ਧਰਤੀ ਤੇ ਬੋਲਦਿਆਂ ਹੋਇਆਂ ਇੱਕ ਗੱਲ ਆਖੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ 'ਚ ਗਏ ਨਾ ਉਦੋਂ ਉਹਨਾਂ ਨੇ ਨੀਲਾ ਬਾਣਾ ਪਾਇਆ ਹੋਇਆ ਸੀ। ਆਹ ਜਿਹੜਾ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਨਾ, ਫਿਰ ਬਾਬਾ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਆਸਾ ਵਰਸ਼ੇ ਨੂੰ ਕਹਿੰਦੇ ਆ। ਬਾਬਾ ਗੁਰੂ ਨਾਨਕ ਪਾਤਸ਼ਾਹ ਦੀ ਪਿੱਠ ਦੇ ਉੱਤੇ ਢਾਲ ਵੀ ਸੀ ਵਿਦਵਾਨ ਕਹਿੰਦੇ ਨੇ, ਤੇ ਗਲੇ ਵਿੱਚ ਕਿਰਪਾਨ ਵੀ ਪਾਈ ਹੋਈ ਸੀ। ਸਵਾਦਲੀ ਗੱਲ, ਆਹ ਸਵੇਰੇ ਹੀ ਕਥਾ ਕਰ ਰਹੇ ਸੀ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਕਥਾਵਾਚਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇਹ ਪਟਨਾ ਸਾਹਿਬ ਦੀ ਪਾਵਨ ਧਰਤੀ ਤੋਂ ਇੱਥੇ ਬਦਲ ਕੇ ਆਏ ਹਨ, ਤੇ ਇਹ ਦੱਸ ਰਹੇ ਸੀ ਕਿ ਦਰਸ਼ਨੀ ਡੇਵੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਤਲਵਾਰ ਪਈ ਹੋਈ ਹੈ। ਪਰ ਸਾਨੂੰ ਇਹ ਗੱਲਾਂ ਤੋਂ ਨਾ ਤੋੜਿਆ ਜਾ ਰਿਹਾ, ਊਟ ਪਟਾਂਗ ਚੀਜ਼ਾਂ। ਆ ਨਾਨਕ ਸ਼ਾਹ ਫਕੀਰ ਜਿਹੜੀ ਫਿਲਮ ਜਾਰੀ ਕਰਤੀ ਨਾ, ਇਹਦੇ ਵਿੱਚ ਵੀ ਬੜੀ ਡੂੰਘੀ ਸਾਜਿਸ਼ ਜਿਹੀ ਲੱਗਦੀ ਹੈ, ਜਿਹੜੀ ਪੰਥ ਦੇ ਵਿਰੋਧ ਦੇ ਬਾਵਜੂਦ ਅੱਜ ਕੱਲ੍ਹ ਕੀਤੀ ਹੈ ਜਾਰੀ। ਅਕਾਲ ਤਖ਼ਤ ਤੋਂ ਬਾਈਕਾਟ ਵੀ ਕੀਤਾ ਗਿਆ ਉਸ ਵਿਅਕਤੀ ਦਾ। ਇਹੀ ਗੱਲਾਂ ਕੱਲ੍ਹ ਨੂੰ ਸਮਾਂ ਆਏਗਾ ਸਾਧ ਸੰਗਤ, ਜਿੱਦਾਂ ਭੈਰੋਂ ਦੇਵਤਾ ਘੁੰਮਦਾ ਹੈ ਗਲੀਆਂ 'ਚ ਠੂਠਾ ਲੈ ਕੇ, ਆ ਦੇਖਿਆ ਨਾ ਕਾਲੇ ਕੱਪੜੇ ਪਾ ਕੇ ਮੂੰਹ ਕਾਲਾ ਕਰਕੇ ਘੁੰਮਦੇ ਹੁੰਦੇ, ਹਨੂੰਮਾਨ ਬਣ ਕੇ ਕੋਈ ਰੂਪ ਬਹਿਰੂਪੀਆ ਘੁੰਮਦਾ ਹੈ, ਕੋਈ ਭੈਰੋਂ ਦੇਵਤਾ ਬਣ ਕੇ
ਘੁੰਮਦਾ ਹੈ। ਜੇ ਫਿਲਮ ਜਾਰੀ ਹੋ ਗਈ ਨਾ ਤਾਂ ਯਾਦ ਰੱਖਣਾ, ਕੱਲ੍ਹ ਨੂੰ ਕੋਈ ਗੁਰੂ ਨਾਨਕ ਦੇ ਹੱਥ ਵਿੱਚ ਠੂਠਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰਨ ਕਰਕੇ ਸਾਡੀਆਂ ਗਲੀਆਂ ਦੇ ਵਿੱਚ ਮੰਗਦਾ ਫਿਰੇਗਾ, ਫਕੀਰ ਦਾ ਮਤਲਬ ਹੀ ਮੰਗਤਾ ਹੁੰਦਾ ਹੈ। ਗੁਰੂ ਨਾਨਕ ਮੰਗਤਾ ਸੀ, ਉਹ ਤਾਂ ਗੁਰਦਾਤਾ ਗੁਰ ਹਿਵੈ ਘਰ, ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਖੈਰ ਮੈਂ ਦੱਸ ਰਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਨ, ਗੁਰੂ ਤੇਗ ਬਹਾਦਰ ਜੀ ਦਾ ਕੜਾ ਅੱਜ ਵੀ ਪਟਨਾ ਸਾਹਿਬ ਦੀ ਦਰਸ਼ਨੀ ਡੇਹੜੀ ਦੇ ਵਿੱਚ ਪਏ ਹੋਏ ਨੇ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਤੀਜੇ ਪਾਤਸ਼ਾਹ ਦੇ ਵੇਲੇ 22 ਸੈਂਟਰ ਤੇ 52 ਸਬ ਸੈਂਟਰ, 22 ਪੀੜੇ ਤੇ 52 ਮੰਜੀਆਂ ਤੋਂ ਬਿਨਾਂ ਜਿਹੜੀ ਸਿੱਧੀ ਸੰਗਤ ਦਾ ਸੰਬੰਧ ਗੁਰਗੱਦੀ ਦੇ ਨਾਲ ਹੁੰਦਾ ਸੀ, ਡਾਕਟਰ ਜੀਤ ਸਿੰਘ ਜੀ ਸੀਤਲ ਲਿਖਦੇ ਨੇ, ਉਹਨੂੰ ਖਾਲਸਾ ਸਾਧ ਸੰਗਤ ਤੀਜੇ ਪਾਤਸ਼ਾਹ ਵੇਲੇ ਬੋਲਿਆ ਜਾਂਦਾ ਸੀ। ਛੇਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਦੇ ਹੁਕਮਨਾਮੇ ਛਾਪੇ ਹੋਏ ਨੇ ਸ਼੍ਰੋਮਣੀ ਕਮੇਟੀ ਨੇ, ਉਹਦੇ ਵਿੱਚ ਇੱਕ ਸ਼ਬਦ ਆਇਆ ਹੈ ਦੋਵੇਂ ਗੁਰੂ ਸਾਹਿਬਾਨ ਵੱਲੋਂ, ਪੂਰਬ ਕੀ ਸੰਗਤ ਗੁਰੂ ਕਾ ਖਾਲਸਾ ਹੋਏ। ਇਹ ਛੇਵੇਂ ਤੇ ਨੌਵੇਂ ਪਾਤਸ਼ਾਹ, ਤੇ ਖਾਲਸਾ ਦਾ ਸਾਜਿਆ ਇੱਥੇ 30 ਮਾਰਚ 1699 ਦੀ ਵਿਸਾਖੀ ਨੂੰ ਗੁਰੂ ਨਾਨਕ ਦੇਵ ਜੀ ਨੇ ਕੇਵਲ ਇੱਕ ਜਿਹੜਾ ਸਾਨੂੰ ਜ਼ਰੂਰੀ ਕਰਾਰ ਦਿੱਤਾ, ਕੜਾ ਪਹਿਨਣ ਤਾਂ ਲਾਪੇ ਸੀ, ਨਹੀਂ ਤਾਂ ਆਪ ਸੋਚੋ ਕਿ 1699 ਦੀ ਵਿਸਾਖੀ ਨੂੰ ਪਹਿਲੇ ਦਿਨ 20,000 ਬੰਦਿਆਂ ਨੇ ਅੰਮ੍ਰਿਤ ਛਕਿਆ। ਸਾਧ ਸੰਗਤ ਧਿਆਨ ਦੇਣਾ, 40,000 ਕਛਹਿਰੇ ਕਿੱਥੋਂ ਆ ਗਏ ਜੀ ਅਚਨਚੇ, 40,000 ਕੰਘੇ ਕਿੱਥੋਂ ਆ ਗਏ, ਇਹ ਦੇਖਣ ਵਾਲੀ ਗੱਲ ਹੈ। 20,000 ਕੰਘੇ, 20,000 ਕੜੇ, 20,000 ਕਿਰਪਾਨਾਂ ਤੇ 2 ਕਛਹਿਰੇ ਚਾਹੀਦੇ ਸੀ, ਸਾਰੇ ਕੇਸ਼ਾਧਾਰੀ ਕਿੱਥੋਂ ਆ ਗਏ ਅੰਮ੍ਰਿਤ ਛਕਣ ਦੇ ਲਈ। ਦਰਅਸਲ ਪਹਿਲੇ ਜਾਮੇ ਤੋਂ ਸਾਡੇ ਜੀਵਨ ਦਾ ਅੰਗ ਬਣ ਚੁੱਕੇ ਸੀ। ਦਸਮ ਪਾਤਸ਼ਾਹ ਵੇਲੇ ਭਰਮਾਂ ਦਾ ਗੜ੍ਹ ਤੋੜਨ ਦੇ ਲਈ ਇੱਕ ਦਿਨ ਸਿੰਘ ਸ਼ਿਕਾਰ ਖੇਡਣ ਲਈ ਨਿਕਲੇ। ਅੱਗੇ ਵੇਦਵਾ ਪੰਡਿਤ, ਸ਼ਨੀਵਾਰ ਦਾ ਦਿਨ ਸੀ, ਉਹ ਹੱਥ 'ਚ ਲੈ ਕੇ ਤੇਲ ਦਾ ਠੂਠਾ ਤੇ ਝੋਲੀ ਪਾਈ ਹੋਈ, ਉਹਦੇ 'ਚ ਕੋਈ ਦਾਲ ਕੋਈ ਛੋਲੇ ਲੋਕਾਂ ਨੇ ਦਿੱਤੇ ਹੋਏ। ਸੋਚਿਆ ਸਿੰਘ ਵੀ ਬੜੇ ਅਮੀਰ ਨੇ, ਜਾਂਦੇ ਜਾਂਦਿਆਂ ਨੂੰ ਇਹਨਾਂ ਨੂੰ ਵੀ ਭੋੜ ਲਈਏ। ਕਹਿਣ ਲੱਗਾ, ਸਿੰਘੋ ਰੁਕ ਜਾਓ, ਸ਼ਿਕਾਰ ਲਈ ਚੱਲੇ ਹੋ? ਤੁਹਾਨੂੰ ਪਤਾ ਨਹੀਂ ਸ਼ਨੀ ਦੇਵਤਾ ਤੁਹਾਡੇ 'ਤੇ ਬੜਾ ਨਾਰਾਜ਼ ਹੈ? ਪਹਿਲਾਂ ਤਾਂ ਸਿੱਖ ਖਿੜਖਿੜਾ ਕੇ ਹੱਸੇ, ਜਦੋਂ ਰਸਤੇ ਵਿੱਚ ਸਾਈਡ ਨੂੰ ਨਹੀਂ ਹੋਇਆ, ਅੱਗੇ ਹੋਇਆ ਭਾਈ ਦਇਆ ਸਿੰਘ, ਉਹਦੀ ਝੋਲੀ ਜਿਹੀ ਲਾਹ ਲਈ, ਇੱਕ ਸਿੰਘ ਨੇ ਉਹਦਾ ਉਹ ਬਾਟਾ ਫੜ ਲਿਆ ਤੇਲ ਦਾ, ਉਹਨੂੰ ਕਹਿਤਾ ਵਾਪਸ ਚਲਾ ਜਾ, ਨਹੀਂ ਸ਼ਨੀ ਦੇਵਤੇ ਦੇ ਨਾਲ ਤੇਰੀ ਖੜਕਾਈ ਨਾ ਕਿਤੇ ਹੋ ਜਾਵੇ, ਅਸੀਂ ਨਹੀਂ ਮੰਨਦੇ ਕਿਸੇ ਸ਼ਨੀ ਸ਼ੁਨੀ ਨੂੰ। ਕਿਉਂਕਿ ਸ਼ਨੀ ਕੌਣ ਹੈ? ਸੂਰਜ ਨਾਂ ਦਾ ਬ੍ਰਾਹਮਣ ਸੀ, ਉਹਦੇ 8 ਮੁੰਡੇ ਸੀ, 7 ਬੜੇ ਲਾਇਕ ਸੀ, 8ਵਾਂ ਮਹਾਨਿਕੱਠੂ ਮਹਾਨਖੱਟੂ ਔਰ ਵੱਧ ਸ਼ਕਲ ਵੱਧ ਇਖਲਾਕ। ਉਹਨਾਂ 7 ਪਿਓ ਮਾਂ ਪਿਓ ਮਰ ਗਏ, 7 ਮਾਂ ਪਿਓ ਨੇ, 7 ਭੈਣ ਭਰਾ ਭਰਜਾਈਆਂ ਭਾਈਆਂ ਨੇ ਉਹਨੂੰ ਮੰਨਣਾ ਨਹੀਂ ਕੀਤਾ ਸ਼ੁਰੂ। ਉਹਦੇ ਲਈ ਲੋਹੇ ਦੇ ਗਹਿਣੇ, ਉਹਦੇ ਲਈ ਦਾਲ, ਸਤਨਾਜਾ ਇਕੱਠਾ ਕਰਕੇ ਛੋਲੇ ਦੇ ਦੇਣੇ ਅਤੇ ਦੇਸੀ ਘਿਓ ਦੀ ਥਾਂ ਉਹਨੂੰ ਤੇਲ ਖਿਲਾਉਣਾ। ਅਤੇ ਜਦੋਂ ਉਹ ਮਰ ਗਿਆ ਨਾ, ਉਹ ਹਿੰਦੁਸਤਾਨ ਦੇ ਲੋਕਾਂ ਦਾ ਦੇਵਤਾ ਬਣ ਗਿਆ। ਅੱਜ ਸਾਡੇ ਸਿੱਖ ਵੀ ਸ਼ਨੀਵਾਰ ਨੂੰ ਉਡੀਕਦੇ ਹੁੰਦੇ ਵੀ ਉਹ ਠੂਠਾ ਲੈ ਕੇ ਤੇਲ ਦਾ ਆਏਗਾ, ਨਾਲੇ ਤੇਲ ਪਾ ਦੇਣਾ। ਇੱਕ ਸਾਧ ਤੇ ਮੈਂ ਪੁੱਛਿਆ ਵੀ ਕਿੰਨੇ ਕੁ ਦਾ ਤੇਲ ਹੋ ਜਾਂਦਾ, ਕਹਿੰਦੇ ਜੀ 4 ਸ਼ਨੀਵਾਰ ਆਉਂਦੇ ਨੇ ਅਤੇ 4 ਪੀਪੇ ਦੇਸੀ ਤੇਲ ਦੇ ਬਣ ਜਾਂਦੇ ਨੇ ਔਰ ਲਗਭਗ 10,000 ਰੁਪਇਆ ਨਗਦ ਹੋ ਜਾਂਦਾ ਹੈ। ਦਾਲ ਅਤੇ ਛੋਲੇ ਵਾਧੂ ਹੋ ਜਾਂਦੇ ਨੇ ਜਿਹੜੇ ਅਸੀਂ ਜਾ ਕੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਾਂ। ਪਰ ਸਿੱਖਾ, ਤੂੰ
ਸੱਚੇ ਪਾਤਸ਼ਾਹ ਨੇ ਤਾਂ ਕਿਹਾ, ਦੇਖੀ ਕਿਤੇ ਕਿਸੇ ਕਵੀ ਨੇ ਲਿਖਿਆ ਸੀ, ਕਹੇ ਮਨੋਹਰ ਦੀਵਾਨਿਆ ਹਮ ਰਹੇ ਊਤ ਕੇ ਊਤ। ਸੱਚੇ ਪਾਤਸ਼ਾਹ ਨੇ ਸਾਨੂੰ ਆਪਣਾ ਰੂਪ ਬਖਸ਼ਿਆ ਸੀ, ਪਰ ਸਿੱਖ ਜਿਹੜੇ ਅੱਜ, ਮਾਫ ਕਰਨਾ ਉਹਨਾਂ ਨੂੰ ਨਹੀਂ ਜਿਹੜੇ ਮੰਨਦੇ ਹੈ, ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਵਹਿਮਾਂ ਭਰਮਾਂ 'ਚ ਪਏ ਹੋਏ ਨੇ। ਆਹ ਕਿੰਨੀ ਵਾਰ ਸੁਣ ਲਿਆ ਵੀ ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਉਹ ਅਸੀਂ ਫੇਰ ਸ਼ਨੀ ਦੇਵਤੇ ਦੇ ਗੁਲਾਮ ਬਣ ਗਏ, ਤੇ ਸਿੰਘਾਂ ਨੇ ਉਹ ਲੋਹੇ ਦੇ ਛੋਟੇ ਛੋਟੇ ਕੜੇ ਪਾ ਕੇ ਨਾ ਹੱਥਾਂ ਦੇ ਵਿੱਚ ਪਾ ਲਏ। ਜਾਣੀ ਜਾਣ ਸਤਿਗੁਰੂ ਜੀ ਕਹਿਣ ਲੱਗੇ, ਸਿੰਘੋ ਅੱਜ ਤੁਸੀਂ ਵਹਿਮਾਂ ਭਰਮਾਂ ਦਾ ਗੜ੍ਹ ਤੋੜ ਦਿੱਤਾ। ਇਹ ਕੜਾ ਜਿਹੜਾ ਹੈ ਕੇਵਲ ਇੱਕ ਕਕਾਰ ਹੈ ਜਿਹੜਾ ਸਾਨੂੰ ਇਹ ਹੁਕਮ ਕੀਤਾ, ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰਗਿਜ ਨਾ ਵਾਛਦੀ ਪੰਜ ਮੁਆਫ, ਕੜਾ ਕਰ ਦੋ ਕਛ ਕੰਘਾ ਵਿਧਾਨ, ਬਿਨਾਂ ਕੇਸੇ ਚ ਅਸਤ ਜੁਮਲਾ ਨਿਸ਼ਾਨ। ਬਈ ਜੇ ਕੇਸ ਨਹੀਂ ਨਾ, ਫਿਰ ਸਿੱਖਾ ਸੱਚ ਜਾਣੀ ਤੇਰੇ ਪੱਲੇ ਕੁਛ ਨਹੀਂ ਹੋਣਾ। ਛੇਵੇਂ ਨੌਵੇਂ ਪਾਤਸ਼ਾਹ ਤੱਕ ਵੀ ਸਾਨੂੰ ਖਾਲਸਾ ਕਿਹਾ ਜਾਂਦਾ ਸੀ, ਔਰ ਦਸਵੇਂ ਪਾਤਸ਼ਾਹ ਨੇ ਤਾਂ ਕਿੱਡੀ ਬਖਸ਼ ਕੀਤੀ ਕਿ ਗੁਰਸੰਗਤ ਕੀਨੀ ਖਾਲਸਾ। ਉਹ ਸੰਗਤ ਜਿਹਦੇ ਬਾਰੇ ਸਿੱਧਾ ਨੇ ਪੁੱਛਿਆ ਸੀ ਚੱਲ ਬਟਾਲੇ ਕਿ ਤੇਰੇ ਕੋਲ ਕਰਾਮਾਤ ਕਿਹੜੀ ਹੈ ਗੁਰੂ ਨਾਨਕ ਪਾਤਸ਼ਾਹ, ਸੱਚੇ ਪਾਤਸ਼ਾਹ ਨੇ ਆਖਿਆ ਸੀ ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਹੀ, ਦੂਜੀ ਓਟ ਨਹੀਂ ਹੈ ਰਾਹੀ। ਦਰਅਸਲ ਉਸੇ ਹੀ ਸੰਗਤ ਨੂੰ ਖਾਲਸਾ, ਉਸੇ ਹੀ ਬਾਣੀ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ 7 ਅਕਤੂਬਰ ਸੰਨ 1708 ਨੂੰ ਸਾਨੂੰ ਐਸੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਲੜ ਲਾ ਦਿੱਤਾ। ਸਾਧ ਸੰਗਤ, ਇੱਕ ਗੱਲ ਮੈਂ ਹੋਰ ਕਰ ਲਵਾਂ ਕਿ ਖਾਲਸੇ ਦੀ ਮਹੱਤਤਾ ਕੀ ਹੈ। ਜੇ ਮਹੱਤਤਾ ਜਾਣਨੀ ਹੈ ਨਾ ਖਾਲਸੇ ਦੀ, ਤਾਂ ਥੋੜ੍ਹੇ ਪਿਛਲੇ ਪੱਤਰੇ ਪਰਤ ਲਿਓ। ਖਾਲਸਾ ਸਾਜਨ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ, ਪਹਿਲਾ ਹਮਲਾ ਹੋਇਆ ਸੀ 712 ਈਸਵੀ ਵਿੱਚ, ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ। 117 ਬੰਦੇ ਲੈ ਕੇ ਆਇਆ, 40,000 ਕੁੜੀਆਂ ਨੂੰ ਚੱਕ ਕੇ ਲੈ ਗਿਆ। ਜੇ ਚਾਹੁੰਦੀਆਂ ਨਾ ਕੁੜੀਆਂ 40,000, 117 ਬੰਦਿਆਂ ਨੂੰ ਨੌਂਦਰਾਂ ਨਾਲੇ ਪਾੜ ਕੇ ਰੱਖ ਦਿੰਦੀਆਂ, ਪਰ ਕਿਉਂਕਿ ਉਦੋਂ ਤੱਕ ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਅੰਦਰੋਂ ਹਰ ਨਾਮ ਉਹ ਪਰਮਾਤਮਾ ਪ੍ਰਗਟ ਨਹੀਂ ਹੋਇਆ ਸੀ। ਉਹ ਤੇ ਬਾਅਦ ਕਿੰਨੇ ਹਮਲਾਵਰ ਆਏ 1947 ਤੱਕ, ਪਰ ਜੇ ਪਹਿਲੀ ਵਾਰੀ ਕਿਸੇ ਇਨਸਾਨ ਨੇ ਮੁਕਾਬਲਾ ਕੀਤਾ ਹੈ ਕਿਸੇ ਧਾਰਮਿਕ ਮਹਾਂਪੁਰਸ਼ ਨੇ, ਤਾਂ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਸਨ, ਜਿਨ੍ਹਾਂ ਨੇ ਬਾਬਰ ਨੂੰ ਜਾਬਰ ਆਖਿਆ, ਉਹਦੀ ਹਕੂਮਤ ਨੂੰ ਬੁੱਚੜਾਂ ਦੀ ਹਕੂਮਤ ਆਖਿਆ, ਉਹਦੇ ਮੁਕੱਦਮਾਂ ਤੇ ਅਹਿਲਕਾਰਾਂ ਨੂੰ ਕੁੱਤੇ ਆਖ ਕੇ, ਰਾਜੇਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚੱਕਰ ਨਹਿੰਦਾ ਪਾਇਨ ਘਾਓ, ਰੱਤ ਪਿਤ ਕੁੱਤੇ ਚੱਟ ਜਾਓ। ਗੁਰੂ ਨਾਨਕ ਪਾਤਸ਼ਾਹ ਨੇ ਉਹ ਬਾਬਰ ਨੂੰ ਜਾਬਰ ਆਖ ਕੇ ਪਹਿਲੀ ਵਾਰੀ ਉਹਦੇ ਜ਼ੁਲਮਾਂ ਦੇ ਖਿਲਾਫ ਭਰਮਾ ਪ੍ਰੋਟੈਸਟ ਕੀਤਾ, ਉਹ ਇੱਕ ਨਿਰਮਲ ਪੰਥ ਦੀ ਨੀਂਹ ਰੱਖ ਦਿੱਤੀ। ਆਖਿਆ ਸੀ ਸੱਚੇ ਪਾਤਸ਼ਾਹ ਨੇ, ਦੇਸ਼ਵਾਸੀਓ ਤੁਹਾਨੂੰ ਕੀ ਬਿਮਾਰੀ ਪੈ ਗਈ? ਓਏ ਲੱਖਾਂ ਦੀ ਗਿਣਤੀ ਵਿੱਚ ਸੈਂਕੜੇ ਬੰਦੇ ਆਉਂਦੇ ਨੇ, ਸੈਂਕੜੇ ਬਿਨਾ। ਮੈਂ ਇੱਕ ਕਿਤਾਬ ਪੜ੍ਹਦਾ ਸੀ ਕਿ ਬੰਗਾਲ ਦਾ ਬਾਦਸ਼ਾਹ ਹੈ ਲਛਮਣ ਸੈਨ, 20 ਮੁੰਡੇ ਆਏ ਬੰਗਾਲ ਦੀ ਖਾੜੀ ਟੱਪ ਕੇ, 2 ਬੇੜੀਆਂ ਦੇ ਵਿੱਚ ਸਵਾਰ ਸਨ, ਔਰ ਉਹਨਾਂ 'ਚੋਂ 17 ਸਾਲ ਤੋਂ ਵੱਧ ਕੋਈ ਵੀ ਨਾ ਸੀ। ਗੁਪਤ ਰੂਪ ਦੇ ਵਿੱਚ ਆ ਕੇ ਉਹਨਾਂ ਨੇ ਨਾ ਸ਼ਾਹੀ, ਜੇ ਜਾਣਾ ਕਰਕੇ ਚੱਲ ਜਾਓ, ਜੇ ਬੈਠਾ ਥੋੜ੍ਹਾ ਨਾ ਡਿਸਟਰਬ ਹੁੰਦਾ, ਚਲੋ ਜੇ ਜਾਣਾ ਚਾਹੁੰਦੇ ਕੋਈ ਗੱਲ ਨਹੀਂ, ਥੋੜ੍ਹੀ ਗੱਲਾਂ ਤੋਂ ਸੰਕੋਚ ਕਰ ਲਓ। 20 ਬੰਦਿਆਂ ਨੇ ਆ ਕੇ ਅਚਨਚੇਤ ਹਮਲਾ ਕੀਤਾ ਹੈ,
ਔਰ ਹਮਲੇ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਰਾਜਾ ਲਛਮਣ ਸਿੰਘ ਤਾਂ ਸੁਰਗ ਵਿੱਚੋਂ ਟੱਪ ਕੇ ਭੱਜ ਗਿਆ, ਉਹਦੀਆਂ ਬੋਟੂਆਂ, ਉਹਦੀਆਂ ਧੀਆਂ, ਉਹਦੀਆਂ ਰਾਣੀਆਂ, ਮਹਾਰਾਣੀਆਂ, ਪਟਰਾਣੀਆਂ ਨੂੰ ਕੈਦ ਕਰਕੇ ਹੱਥਕੜੀਆਂ ਲਾ ਕੇ ਉਹਨਾਂ ਬੇੜੀਆਂ 'ਚ ਵਾਪਸ ਭੇਜ ਦਿੱਤਾ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਨਾਚੀਆਂ, ਅਤੇ ਦੂਜੇ ਨੰਬਰ 'ਤੇ ਬੇਸਵਾਵਾਂ ਬਣਾ ਕੇ ਉੱਥੇ ਰੱਖਿਆ ਗਿਆ। ਕਈ ਸਾਲ ਇਹ 20 ਮੁੰਡੇ 17 ਸਾਲ ਤੋਂ ਘੱਟ, ਸਿੰਧ ਵਿੱਚ ਵੀ ਇਹੀ ਕੁਛ ਹੋਇਆ, ਗੁਜਰਾਤ ਵਿੱਚ ਵੀ ਇਹੀ ਕੁਛ ਹੋਇਆ, ਅਤੇ ਸੱਚੇ ਪਾਤਸ਼ਾਹ ਨੇ ਮਹਿਸੂਸ ਕੀਤਾ ਯਵਨਨ ਕੀ ਬਾਂਹ ਸੰਸਰ ਨੇ ਮੁਖ ਚਾਰਨਾ ਨੈਣ ਹਜ਼ਾਰ ਨੇ ਧਾਰ ਕੇ ਉਨਕੇ ਸਰੀਰ ਬਣੇ, ਲੱਕੜੀ ਕੀ ਤੇਰੀ ਤਲਵਾਰ ਨਹੀਂ, ਅਧਿਕ ਨਹੀਂ ਬਲ ਮੈਂ ਤੁਮਸੇ, ਬਹੁਤ ਸਿੰਘ ਨਹੀਂ ਤੁਮ ਸਿਆਰ ਨਹੀਂ, ਉੱਠ ਕਰ ਤੁਰਕਣ ਕੋ ਰਣ ਮੇ ਕਿਉਂ ਦੇਤੇ ਤੁਮ ਪਛਾੜ ਨਹੀਂ। ਬਈ ਉੱਠੋ, ਜਦੋਂ ਉਹਨਾਂ ਨੇ ਆਪਣੀ ਮਜਬੂਰੀ ਦੱਸੀ, ਸੱਚੇ ਪਾਤਸ਼ਾਹ ਕੀ ਕਰੀਏ, ਅਸੀਂ ਤਾਂ ਤੋਲਣ ਜਾਂਦੇ ਤੱਕੜੀ, ਨੰਗੀ ਕਰਦ ਕਵੀ ਨੇ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ, ਇੱਕ ਜਕਾਰਾ ਛੱਡ ਲਈਏ, ਸਿੰਘ ਸਾਹਿਬ ਜੀ ਆਏ ਨੇ, ਬੋਲੇ ਸੋਨਿਆ। ਸਾਧ ਸੰਗਤ, ਮੈਂ ਬੇਨਤੀ ਕੀਤੀ ਹੈ ਭਈ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਨਿਰਮਲ ਪੰਥ ਦੀ ਨੀਂਹ ਰੱਖ ਦਿੱਤੀ ਨਾ, ਫਿਰ ਇਹ ਡਿਊਟੀ ਲਾਈ ਕਿ ਮੇਰੇ ਦੇਸ਼ ਵਾਸੀਓ, ਪਿਆਰਿਓ, ਸ਼ਰਧਾਲੂਓ, ਤੁਹਾਡੇ ਵਿੱਚੋਂ ਨਵਾਂ ਇਮਾਨ ਪੈਦਾ ਕਰਾਂਗਾ। ਉਹ ਹਿਮਾਲੇ ਨਾਲ ਜਾ ਕੇ ਜੋ ਕੱਦ ਮਾਪਣੇ ਆਪਣਾ, ਮੇਰੇ ਵਰਗੇ ਨਹੀਂ, ਛੋਟੇ ਛੋਟੇ, ਮੈਨੂੰ ਤਾਂ ਬਿਮਾਰੀਆਂ ਨੇ ਘੇਰ ਲਿਆ, ਤਗੜੇ ਤਗੜੇ ਨੌਜਵਾਨ ਹਿਮਾਲੇ ਨਾਲ ਜਾ ਕੇ ਜੋ ਕੱਦ ਮਾਪਣੇ ਆਪਣਾ, ਬੰਕੜੇ ਮਰਜੀਵੜੇ ਇਨਸਾਨ ਪੈਦਾ ਕਰਾਂਗਾ। ਓਏ ਪਿੱਠ ਮੇਰੀ ਤੇ ਐ ਦਿੱਤਾ ਥਾਪੜਾ ਕਰਤਾਰ ਨੇ, ਬੁੱਝ ਦਿਲੀ ਦੀ ਜ਼ਿੰਦਗੀ ਨੂੰ ਬਦਲ ਦਿਆਂਗਾ ਜ਼ਰੂਰ, ਮੈਂ ਵਿਦੇਸ਼ੀ ਤਾਕਤਾਂ ਦੇ ਨਾਲ ਕਰਕੇ ਟੱਕਰਾਂ, ਬਾਦਸ਼ਾਹਾਂ ਦੀਆਂ ਹੈਂਕੜਾਂ ਦਾ ਭੰਨ ਦਿਆਂਗਾ ਗਰੂਰ। ਪਰ ਇੱਕ ਪਾਸੇ ਹੈ ਸਿਆਸੀ ਯੁੱਧ ਲੜਨਾ ਪੈ ਰਿਹਾ, ਭਾਈ ਦੂਜੇ ਪਾਸੇ ਧਰਮ ਦਾ ਵੀ ਯੁੱਧ ਲੜਨਾ ਪਵੇਗਾ। ਜਾਂ ਬਣੇਗੀ ਫੌਜ ਸੰਤਾਂ ਤੇ ਸਿਪਾਹੀਆਂ ਦੀ ਨਵੀਂ, ਹੁਣ ਤੇ ਮੈਨੂੰ ਤੀਸਰਾ ਹੀ ਕੋਈ ਪੰਥ ਘੜਨਾ ਪਏਗਾ। ਇਹ ਪੰਥ ਘੜਨ ਦੇ ਲਈ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ 230 ਸਾਲ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਨੂੰ ਲੱਗਿਆ ਹੈ 10 ਜਾਮਿਆਂ ਦੇ ਰਾਹੀਂ, 30 ਮਾਰਚ 1699 ਨੂੰ, ਅੱਜ ਅਸੀਂ 319ਵਾਂ ਹੋ ਗਿਆ ਜੀ, 319ਵਾਂ ਖਾਲਸਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਇਸੇ ਅਸਥਾਨ 'ਤੇ ਸੱਚੇ ਪਾਤਸ਼ਾਹ ਨੇ ਇਹ ਪੰਥ ਦੀ ਸਾਜਨਾ ਕੀਤੀ। ਜਨਮ ਪਹਿਲਾਂ ਹੀ ਹੋ ਚੁੱਕਾ ਸੀ, ਜਨਮ ਕਹਿਣਾ ਹੀ ਨਹੀਂ, ਪ੍ਰਕਾਸ਼ ਪਹਿਲਾਂ ਹੀ ਹੋ ਚੁੱਕਾ ਸੀ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਤੇ ਖਾਲਸੇ ਨੇ ਕੀਤਾ ਕੀ ਹੈ, ਇਹਦਾ ਮਹੱਤਵ ਕੀ ਹੈ, ਹੁਣ ਪਹਿਲਾਂ ਦਾ ਮੈਂ ਤੁਹਾਡਾ ਨਕਸ਼ਾ ਸਾਹਮਣੇ ਕਰ ਦਿੱਤਾ ਹੈ। ਜਰਾ ਅਗਲਾ ਨਕਸ਼ਾ ਦੇਖਿਓ ਕਿ ਅਗਲੇ ਨਕਸ਼ੇ ਦੇ ਵਿੱਚ 1699 ਦੇ ਵਿੱਚ ਖਾਲਸਾ ਪ੍ਰਗਟ ਹੁੰਦਾ ਹੈ, 11 ਸਾਲ ਬਾਅਦ ਹਿੰਦੁਸਤਾਨ ਦੀ ਸਭ ਤੋਂ ਵੱਡੀ ਸਲਤਨਤ ਦਾ ਮਾਲਕ ਜਿਹੜਾ ਹੈ ਉਹ ਹੈ ਸਰਹੰਦ ਸੂਬਾ। ਸੂਬਾ ਸਰਹੰਦ ਨੂੰ ਤੈਸ਼ ਨੈਸ਼ ਕਰਕੇ, ਉਹਦੀ ਖੋਪਰੀ ਬੱਖ ਲਾ ਕੇ ਬਾਬਾ ਬੰਦਾ ਸਿੰਘ ਜੀ ਨੇ ਕੇਸਰੀ ਨਿਸ਼ਾਨ ਸਰਹੰਦ ਦੇ ਕਿਲੇ ਉੱਤੇ ਝੁਲਾ ਦਿੱਤਾ ਹੈ, ਕੇਵਲ 11 ਸਾਲਾਂ ਦੇ ਬਾਅਦ। ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ 18 ਵਾਰ ਦਿੱਲੀ ਦੇ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਚੜ੍ਹਾਇਆ। ਖਾਲਸਾ ਜੀ, ਤੁਹਾਡਾ ਵਿਰਸਾ ਹੈ, ਸਾਡੀ ਤਾਂ ਬਦਕਿਸਮਤੀ ਹੈ ਕਿ ਸਾਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਨਾ ਮੌਕਾ ਹੀ ਨਹੀਂ ਮਿਲਦਾ।
ਕੋਈ ਕਹਿੰਦਾ ਜੀ ਲੱਖਾਂ ਹੀ ਪਾਠ ਕਰ ਲਓ ਮੂਲ ਮੰਤਰ ਦੇ, ਸੋਚੋ ਹੀ ਨਾ ਕਦੀ, ਪੜ੍ਹੋ ਹੀ ਨਾ ਅੱਗੇ, ਗੁਰਬਾਣੀ ਦੇ ਅਰਥ ਹੀ ਨਾ ਪੜ੍ਹੋ ਲੱਗੇ, ਉੱਦਾਂ ਚੰਗੀ ਗੱਲ ਆ, ਮੂਲ ਮੰਤਰ ਨਾਲ ਜੋੜਨਾ ਕੋਈ ਮਾੜੀ ਗੱਲ ਨਹੀਂ। ਪਰ ਸੱਚੇ ਪਾਤਸ਼ਾਹ ਨੇ ਕਿਹਾ ਸੀ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਦੇਖੋ ਹੁਣ ਦੇਸ਼ ਦੀ ਸਰਕਾਰ ਨੇ ਨਹੀਂ ਕੁਛ ਦੱਸਣਾ, ਦੇਸ਼ ਦੇ ਮੀਡੀਆ ਨੇ ਨਹੀਂ, ਤੁਹਾਡੀ ਚੰਗੀ ਗੱਲ ਵੀ ਨਾ ਦੱਸਦੇ ਵੀ ਤੁਸੀਂ ਲੰਗਰ ਲਾਏ, ਤੁਸੀਂ ਆਹ ਕੁਛ ਕੀਤਾ, ਉਹ ਇਹ ਦੱਸਣ ਨੂੰ ਤਿਆਰ ਨਹੀਂ। ਜੇ ਆਪਣੇ ਗੁਰਦੁਆਰਿਆਂ ਵਿੱਚ ਕਿਤੇ ਇਹ ਟਾਈਮ ਨਾ ਸਾਨੂੰ ਮਿਲੇ ਕਿ ਅਸੀਂ ਆਪਣੇ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰ ਲਈਏ, ਅੱਖਾਂ ਮੀਟ ਕੇ ਬੈਠੇ ਰਹੀਏ, ਫਿਰ ਅੱਖਾਂ ਮੀਟ ਕੇ ਹੀ ਬੈਠੇ ਰਹਿ ਜਾਣਾ ਹੈ। ਔਰ ਜਿੱਦਾਂ ਆ ਕੇ ਅੱਖਾਂ, ਖੈਰ ਮੈਂ ਆਪਣੇ ਵਿਸ਼ੇ 'ਤੇ ਆਵਾਂ ਕਿਉਂਕਿ ਟਾਈਮ ਇਜਾਜ਼ਤ ਨਹੀਂ ਹੁਣ ਦਿੰਦਾ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਨਾਨਕ ਪਿਤਾ ਨੇ ਜਿਸ ਖਾਲਸੇ ਦੀ ਸਾਜਨਾ ਕੀਤੀ, ਉਸ ਖਾਲਸੇ ਨੇ ਕਿਆ ਕੀਤਾ, ਜਰਾ ਕੁ ਧਿਆਨ ਨਾਲ ਸੁਣ ਲਿਓ। ਬਈ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਔਰ ਉਹਨਾਂ ਸਿੰਘਾਂ ਨੇ, ਮਿਸਲਦਾਰਾਂ ਨੇ 18 ਵਾਰ ਦਿੱਲੀ ਦੇ ਕਿਲੇ 'ਤੇ, ਦਿੱਲੀ ਦੇ ਸਰਹੰਦ ਦੇ, ਦਿੱਲੀ ਦੇ ਲਾਲ ਕਿਲੇ 'ਤੇ ਝੰਡਾ ਚਲਾਇਆ। ਆਹ ਹੁਣ ਖਾਲਸਾ ਦਿਵਸ ਮਨਾਉਣਾ ਹੈ, ਸ਼੍ਰੋਮਣੀ ਕਮੇਟੀ ਕਰ ਰਹੀ ਉੱਦਮ ਅੰਮ੍ਰਿਤਸਰ ਤੋਂ ਦਿੱਲੀ ਤੱਕ, ਸਮੁੱਚੇ ਪੰਥ ਨੇ ਧਾਈ ਕਰਨੀ ਹੈ। ਉਹ ਯਾਦ ਆ 1783 ਦੇ ਵਿੱਚ ਜਦੋਂ ਸਰਦਾਰ ਜੱਸਾ ਸਿੰਘ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ, ਇੱਦਾਂ ਦੇ ਯੋਧਿਆਂ ਨੇ ਜਾ ਕੇ ਦਿੱਲੀ ਨੂੰ ਆਪਣੇ ਘੋੜਿਆਂ ਦੇ ਸੁੰਮਾਂ ਦੇ ਨਾਲ ਲਤਾੜਿਆ। ਪੂਰੇ 836 ਸਾਲ ਤੋਂ ਬਾਅਦ ਇਤਿਹਾਸਕ ਘਟਨਾ ਹੈ ਕਿ ਪਠਾਣਾ ਨੇ ਅਫਗਾਨਿਸਤਾਨ ਦਾ ਕਿਲ੍ਹਾ, ਪਿਸ਼ਾਵਰ ਦਾ ਕਿਲ੍ਹਾ ਖੋਲ੍ਹ ਲਿਆ ਸੀ ਰਾਜਾ ਅਨੰਗਪਾਲ ਦੇ ਕੋਲ 27 ਨਵੰਬਰ 1698 ਈਸਵੀ ਨੂੰ। ਪਹਿਲੀ ਵਾਰੀ ਸੀ ਲੱਖਾਂ ਲੋਕ ਮਰਵਾਏ ਹਿੰਦੁਸਤਾਨੀਆਂ ਨੇ, ਲੱਖਾਂ ਰੁਪਏ ਖਰਚ ਕੀਤੇ, ਪਰ ਪਿਸ਼ਾਵਰ ਦੇ ਕਿਲ੍ਹੇ 'ਤੇ ਕੋਈ ਕਬਜ਼ਾ ਨਹੀਂ ਕਰ ਸਕਿਆ। ਖਾਲਸਾ, ਇਹ ਤੇਰੀ ਹੋਈ ਹਿੰਮਤ ਸੀ, ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦੇਣ ਸੀ ਕਿ 836 ਸਾਲ ਬਾਅਦ ਸਰਦਾਰ ਹਰੀ ਸਿੰਘ ਜੀ ਨਲਵਾ, ਨਵਾ ਸਰਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਉਸ ਪਿਸ਼ਾਵਰ ਦੇ ਕਿਲ੍ਹੇ ਨੂੰ ਢਾਟੇਰੀ ਕਰਕੇ ਉੱਥੇ ਕੇਸਰੀ ਨਿਸ਼ਾਨ ਚਲਾ ਦਿੱਤਾ। ਉਹ ਸਲਤਨਤ ਕਾਇਮ ਕੀਤੀ ਜਿਹਦੀ ਇੱਕ ਬਾਹੀ ਜਿਹੜੀ ਹੈ ਨਾ, ਉਹ 17,000 ਕਿਲੋਮੀਟਰ ਲੰਬੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਨਾਪ ਲਈਏ ਨਾ, ਸਤਲੁਜ ਤੋਂ ਲੈ ਕੇ ਉਹ ਅਟਕ ਦਰਿਆ, ਅਫਗਾਨਿਸਤਾਨ, ਕਾਬਲ ਕੰਧਾਰ ਤੱਕ ਸਿੱਕਾ ਚੱਲਦਾ ਸੀ। ਖਾਲਸਾ ਜੀ, ਤੁਹਾਡਾ ਸਿੱਕਾ ਚੱਲਦਾ ਸੀ। ਲਿਖਿਆ ਕਿਸੇ ਨੇ ਬੜਾ ਸੋਹਣਾ, ਬੈਠਾ ਜਦੋਂ ਤੂੰ ਲਾਹੌਰ ਦੇ ਤਖ਼ਤ ਉੱਤੇ, ਸਭੇ ਤਾਕਤਾਂ ਪੈਰਾਂ 'ਤੇ ਢਹਿ ਪਈਆਂ, ਸੋਨ ਚਿੜੀ ਦਾ ਮਾਸ ਜੋ ਖਾਂਦੀਆਂ ਸਨ, ਪਰ ਇਲਾ ਆਲਣੇ ਵਿੱਚ ਹੀ ਸਹਿ ਗਈਆਂ, ਰਹਿ ਗਏ ਬੋਤੀ ਨਿਰੇ ਦੁਰਾਨੀਆਂ ਦੇ, ਕਾਨੀਆਂ ਕਾਲਜੇ ਵਿੱਚ ਸਿੰਘਾਂ ਦੇ ਤੀਰ, ਕਾਨੀਆਂ ਕਾਲਜੇ ਵਿੱਚ ਜਾਂ ਲੈ ਗਈਆਂ। ਔਰ ਰਾਵੀ ਨਾਲ ਗੁੱਸੇ ਨਾਲ ਜਦੋਂ ਰਾਵੀ 'ਤੇ ਬੋਲਿਆ, ਤੂੰ ਡਰ ਕੇ ਕੰਧਾਂ ਕੰਧਾਰ ਦੀਆਂ ਬਹਿ ਗਈਆਂ। ਉਧਰ ਸਤਲੁਜ ਤੋਂ ਪਾਰ ਬੈਠਾ ਖਾਂਦਾ ਖੌਫ, ਕੋਈ ਤੇਰੇ ਬਾਹੂ ਬਲ ਦਾ ਸੀ ਅੰਗਰੇਜ਼, ਖਾਂਦਾ ਖੌਫ ਤੇਰੇ ਬਾਹੂ ਬਲ ਦਾ ਸੀ। ਉਹ ਜਿਹਦੇ ਰਾਜ ਵਿੱਚ ਸੂਰਜ ਨਹੀਂ ਢਲਦਾ ਸੀ, ਪਿਆ ਤੋਹਫੇ ਬਲੈਤ ਤੋਂ ਘੱਲਦਾ ਸੀ, ਬਲੈਤ ਤੋਂ ਤੋਹਫੇ ਆਉਂਦੇ ਸੀ ਤੁਹਾਡੇ ਚਰਨਾਂ ਦੇ ਵਿੱਚ, ਲਾਹੌਰ ਦੀ ਧਰਤੀ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ। ਪਰ ਇਹ ਉਦੋਂ ਤੱਕ ਹੀ ਹੋਇਆ ਖਾਲਸਾ, ਜਦੋਂ ਤੱਕ ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਾਂ ਨੂੰ ਯਾਦ ਰੱਖਿਆ।
ਕਿਉਂਕਿ ਗੁਰੂ ਪਿਤਾ ਨੇ ਹੁਕਮ ਕੀਤਾ ਸੀ ਕਿ ਖਾਲਸਾ ਮਾਰੀ ਸੋਸ, ਖਾਲਸਾ ਜੇ ਤੂੰ ਗੁਰਮਤ ਅਨੁਸਾਰ ਚੱਲੇਗਾ ਨਾ ਤੇ ਮੇਰੀ ਸ਼ਾਨੋ ਸ਼ੌਕਤ ਦਾ ਮਾਲਕ ਵੀ ਤੂੰ ਹੀ ਹੈ। ਖਾਲਸਾ ਮਾਰੀ ਮੌਜ, ਮੇਰਾ ਸੁਖੀ ਜੀਵਨ ਮੌਜਾਂ ਭਰਪੂਰ, ਖਾਲਸਾ ਤੇਰੀ ਬਦੌਲਤ ਹੈ। ਫਿਰ ਖਾਲਸਾ ਹਮਾਰੀ ਫੌਜ, ਜੀਤ ਕੀ ਨਿਸ਼ਾਨੀ ਹੈ। ਖਾਲਸਾ ਮਾਰੀ ਜਾਤ, ਅੱਜ ਸਾਡੀ ਜਾਤ ਕਿਹੜੀ ਹੈ? ਸਿੱਖ ਦੀ ਇੱਕੋ ਜਾਤ ਹੈ ਸਿੱਖ, ਸਿੱਖ ਦਾ ਗੋਤ ਹੈ ਸਿੰਘ ਤੇ ਕੌਰ, ਇਹ ਗੋਤ ਹੈ ਸਾਡੇ ਜਿਹੜੇ ਅੱਜ ਅਸੀਂ ਅਸਲੀ ਗੋਤ ਲਾ ਕੇ ਤੇ ਦੂਜੇ ਗਿੱਲ ਸੰਧੂ ਭੱਲੇ ਪਕੌੜੇ ਜਲੇਬੀਆਂ ਇਹ ਗੋਤ ਆਪਣੇ ਨਾਵਾਂ ਨਾਲ ਜੋੜ ਲਏ। ਫਿਰ ਖਾਲਸਾ ਮਾਰੀ ਫੌਜ, ਜੀਤ ਕੀ ਨਿਸ਼ਾਨੀ ਹੈ? ਖਾਲਸਾ ਮਾਰੀ ਜਾਤ, ਖਾਲਸਾ ਮਾਰੀ ਪਾਤ, ਸ਼੍ਰੀ ਗੁਰੂ ਗੋਬਿੰਦ ਸਿੰਘ ਬਾਣੀ ਉਹ ਵਿਖਾਣੀ ਹੈ। ਕਿਆ ਬਾਣੀ ਵਿਖਾਈ ਸੱਚੇ ਪਾਤਸ਼ਾਹ ਨੇ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੀ ਜਿੰਦ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਇਹ ਸਾਰੀਆਂ ਗੱਲਾਂ ਲਿਖ ਕੇ ਖਾਲਸਾ ਇੱਕ ਗੱਲ ਯਾਦ ਰੱਖੀ, ਮੈਂ ਜਿੰਨੀਆਂ ਤੇਰੀਆਂ ਸਿਫਤਾਂ ਕੀਤੀਆਂ ਨਾ, ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਕਿ ਇਹ ਸੱਚ ਹੈ ਜਾਂ ਮੈਂ ਰੰਚ ਨਾ ਮਿੱਥਿਆ ਪਾਖੀ। ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਮੈਂ ਗੁਰੂ ਨਾਨਕ ਪਾਤਸ਼ਾਹ ਦੀ ਕਸਮ ਖਾਂਦਾ ਹਾਂ ਕਿ ਮੈਂ ਜੋ ਬੋਲਿਆ ਉਹ ਮੈਂ ਸੱਚ ਬੋਲਿਆ, ਇੱਥੋਂ ਤੱਕ ਤੇਰੇ ਨਾਲ ਵਾਅਦਾ ਕਰਦਾ। ਰੋਮ ਰੋਮ ਜੇ ਰਸਨਾ ਪਾਊਂ, ਤਦਬ ਖਾਲਸਾ ਜਸ ਤੋਹੇ ਗਾਊਂ। ਕਹਿੰਦੇ ਜਿੰਨੀਆਂ ਮੇਰੇ ਰੋਮ ਨੇ ਨਾ, ਜੇ ਇੰਨੀਆਂ ਜੀਭਾਂ ਲੱਗ ਜਾਣ ਗੁਰੂ ਗੋਬਿੰਦ ਸਿੰਘ ਦੇ ਸਰੀਰ 'ਤੇ, ਸੱਚੇ ਪਾਤਸ਼ਾਹ ਕਹਿੰਦੇ ਮੈਂ ਫਿਰ ਵੀ ਤੇਰੇ ਗੁਣ ਗਾਵਾਂਗਾ, ਮੈਂ ਦੂਜੇ ਦੇ ਕੋਈ ਨਹੀਂ ਮੰਨੂੰਗਾ, ਕਿਸ਼ਨ ਬਿਸ਼ਨ ਕਬੂ ਨਹੀਂ ਧਿਆਉਂ। ਇਹ ਸ਼ਬਦ ਅੱਗੇ ਕੀ ਹੈ ਸਿੰਘ ਸਾਹਿਬ ਜੀ? ਭੁੱਲ ਗਿਆ। ਅੱਛਾ ਚਲੋ ਜੀ, ਮੈਂ ਆਪਣੇ ਫਿਰ ਵਿਸ਼ੇ 'ਤੇ ਸਿੰਘ ਸਾਹਿਬ ਜੀ ਨੇ ਦੱਸ ਦਿੱਤੀ, ਪਰ ਮੈਨੂੰ ਹੁਣ ਅੱਗੇ ਯਾਦ ਨਹੀਂ ਹੈ ਕਿ ਮੈਂ ਨਾ ਕ੍ਰਿਸ਼ਨ ਬਿਸ਼ਨ ਮਨਾਊਂ। ਹਾਂਜੀ, ਅਤੇ ਇਹ ਸ਼ਬਦ ਪੜ੍ਹ ਲਿਓ ਕਿਰਪਾ ਕਰਕੇ। ਮੇਰੀ ਇਹ ਬੇਨਤੀ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਹਉ ਖਾਲਸੇ ਕਾ ਖਾਲਸਾ ਮੇਰੋ, ਇੰਨਾ ਮਾਣ ਯਾਰੋ, ਕਮਾਲ ਕਰ ਦਿੱਤੀ। ਦੁਨੀਆ ਕਹਿੰਦੀ ਸੀ, ਪੈਗੰਬਰ ਕਹਿੰਦੇ ਸੀ, ਤੁਸੀਂ ਮੇਰੀਆਂ ਭੇਡਾਂ ਹੈ। ਜਦੋਂ ਤੱਕ ਭੇਡਾਂ ਗੱਡਰੀਏ ਦੇ ਹੁਕਮ ਚੱਲਦੀਆਂ ਨਾ, ਕੋਈ ਬਾਘ ਬਘਿਆੜ ਗਿੱਦੜ ਉਹਨਾਂ ਨੂੰ ਖਾ ਨਹੀਂ ਸਕਦਾ। ਕੋਈ ਕਹਿੰਦਾ ਸੀ ਮਰਨ ਤੋਂ ਬਾਅਦ ਸਵਰਗਾਂ 'ਚ ਚੱਲ ਪਵਾਂਗੇ, ਕੋਈ ਕਹਿੰਦਾ ਸੀ ਬਹਿਸ਼ਤਾਂ ਵਿੱਚ ਚੱਲ ਪਵਾਂਗੇ। ਨਾ ਲਾਲਚ ਦਿੱਤਾ ਸੱਚੇ ਪਾਤਸ਼ਾਹ ਨੇ ਸਾਨੂੰ ਸਵਰਗਾਂ ਦਾ, ਨਾ ਸਾਨੂੰ ਆਪਣੇ ਗੱਡਰੀਏ ਜਾਂ ਆਪਣੀਆਂ ਭੇਡਾਂ ਨਹੀਂ ਬਣਾਇਆ, ਬਲਕਿ ਸਭ ਕੁਝ ਕਹਿ ਕੇ ਕਹਿ ਦਿੱਤਾ ਖਾਲਸਾ ਜੀ ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇ ਰੋ। ਵੀ ਜਿਵੇਂ ਸਾਗਰ ਹੈ ਨਾ ਬਹੁਤ ਵੱਡਾ, ਮੈਂ ਉਹਦੀ ਇੱਕ ਬੂੰਦ ਹੈ ਛੋਟੀ ਜਿਹੀ, ਖਾਲਸਾ ਤੂੰ ਸਾਗਰ ਹੈ। ਹੈ ਕੋਈ ਏਦਾਂ ਦਾ ਪੈਗੰਬਰ? ਪਰ ਸਾਡਾ ਵਿਸ਼ਵਾਸ ਨਹੀਂ ਰਿਹਾ। ਅੱਜ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੀਆਂ ਖਾਲਸਾ ਸਭਾ ਸੁਸਾਇਟੀਆਂ ਨਹੀਂ ਬਣਾ ਸਕੇ, ਅੱਜ ਸਿੰਘ ਸਭਾਵਾਂ ਨਹੀਂ ਬਣੀਆਂ, ਅੱਜ ਸਿੱਖ ਸਭਾਵਾਂ ਨਹੀਂ ਬਣੀਆਂ, ਅੱਜ ਜੱਟ ਸਭਾ, ਚਮਾਰ ਸਭਾ, ਬਾਤੀ ਸਭਾ, ਸੈਣੀ ਸਭਾ ਜਾਂ ਕੋਈ ਹੋਰ ਰੂਟ ਪਟਾਂਗ ਸਭਾ, ਜਾਤਾਂ ਦੇ ਨਾਂ 'ਤੇ ਅਸੀਂ ਪੰਥ ਨੂੰ ਵੰਡ ਦਿੱਤਾ। ਸਾਡੇ ਬ੍ਰਹਮ ਗਿਆਨੀਆਂ ਨੇ, ਸਾਡੇ ਮਹਾਂਪੁਰਸ਼ਾਂ ਨੇ ਸਾਡੀ ਫਤਿਹ ਖੋਲੀ। ਕਹਿੰਦੇ ਜੀ ਤੁਸੀਂ ਇੱਕੋ ਗੱਲ ਬੋਲਿਆ ਕਰੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਰਦਾਰ ਅਵਤਾਰ ਸਿੰਘ ਹਿੱਤ ਕਹਿਣ ਲੱਗੇ, ਮੈਂ ਦੇਖਿਆ ਕਿ ਉਹ ਸਾਧ ਜਦੋਂ ਟੱਪਦਾ ਜਾਂਦਾ ਸੀ ਨਾ, ਸਾਰੀਆਂ ਸੰਗਤਾਂ ਨਾਲੇ ਤਾਂ ਥੱਲੇ ਸਿਰ ਲਾਈ ਜਾਣ,
ਤੇ ਨਾਲੇ ਬੋਲੀ ਜਾਣ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇ ਆਪ ਸਾਧ ਬੋਲ ਨਹੀਂ ਰਿਹਾ ਸੀ। ਉਹਦੀ ਸ਼ਰਾਰਤ ਕਿਹਾ ਸੀ ਵੀ ਆਪਣੇ ਆਪ ਨੂੰ ਗੁਰੂ ਨਾਨਕ ਦਾ ਰੂਪ ਕਹਿੰਦਾ ਹੈ ਤੇ ਸੰਗਤਾਂ ਤੋਂ ਨਾਲੇ ਮੱਥੇ ਟਿਕਾਈ ਜਾਂਦਾ ਤੇ ਨਾਲੇ ਉਹਨਾਂ ਨੂੰ ਧੰਨ ਗੁਰੂ ਨਾਨਕ ਆਪਣੇ ਆਪ ਨੂੰ ਦ੍ਰਿੜ ਕਰਵਾਈ ਜਾਂਦਾ। ਸਾਨੂੰ ਤਾਂ ਹੁਕਮ ਸੀ ਆਗੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ, ਸਾਨੂੰ ਹੁਕਮ ਸੀ ਵੀ ਕੰਘਾ ਦੋਨੋਂ ਭਗਤ ਕਰ ਪਾਗ ਚੁਣੇ ਕਰਬੰਧੇ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ, ਕੰਘਾ ਦੋਨੋਂ ਭਗਤ ਕਰਨਾ ਹੈ, ਸਫਾਈ ਪਸੰਦ ਇਨਸਾਨ ਹੈ। ਦੂਜੇ ਨੰਬਰ ਤੇ ਪੱਗ ਚੁਣ ਚੁਣ ਕੇ ਬੰਨਣੀ ਹੈ। ਅੱਜ ਸਾਡੇ ਮਹਾਂਪੁਰਸ਼ਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਚੰਗੇ ਕੱਪੜੇ ਨਾ ਪਹਿਨੋ। ਆ ਪਰਸੋਂ ਚੌਥ ਮੈਂ ਕਿਤੇ ਕਥਾ ਸੁਣ ਰਿਹਾ ਸੀ, ਦੀਵਾਨ 'ਚ ਬੈਠਾ, ਉਹ ਕਹਿੰਦਾ ਅੱਜ ਮੇਰਾ ਤਾਂ ਜੀ ਬੋਲਿਆ ਬਹੁਤ ਸੋਹਣਾ ਵੈਸੇ ਸਿੰਘ, ਮੈਂ ਉਹਨੂੰ ਪ੍ਰਸ਼ੰਸਾ ਵੀ ਕੀਤੀ ਬਾਅਦ 'ਚ, ਕਹਿੰਦਾ ਅੱਜ ਮੇਰਾ ਜੀ ਕਰਦਾ ਸੀ ਮੈਂ ਕਛਹਿਰੇ ਨਾਲੇ ਬਨੈਣ ਨਾਲੇ ਆਜਮਾ ਸਾਧ ਸੰਗਤ, ਮੈਂ ਸਿਰ 'ਤੇ ਪੱਗ ਬਿਨਾਂ ਬੰਨਣੀ ਚਾਹੁੰਦਾ ਸੀ ਅੱਜ। ਉਹ ਸੱਚੇ ਪਾਤਸ਼ਾਹ ਤਾਂ ਕਹਿੰਦੇ ਆ ਕੰਘਾ ਦੋਨੋਂ ਭਗਤ ਕਰ ਪਾਗ ਚੁਣੇ ਕਰਬੰਧੇ। ਆ ਮੇਰੇ ਵੀਰ ਨੌਜਵਾਨ ਬੱਚੇ ਛੋਟੇ ਛੋਟੇ, ਅੱਜ ਫਿਰ ਖੁਸ਼ੀ ਹੁੰਦੀ ਹੈ ਜਦੋਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ ਜੀ ਵਾਂਗ ਆਪਣੇ ਦੁਮਾਲੇ ਸਜਾ ਕੇ ਗੁਰੂ ਦਰਬਾਰ ਦੇ ਵਿੱਚ ਆ ਕੇ ਇੱਥੇ ਮੱਥਾ ਟੇਕਦੇ ਨੇ ਨਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੰਨੇ ਖੁਸ਼ ਹੁੰਦੇ ਹੋਣਗੇ ਵੀ ਉਹ ਮੇਰਾ ਜੁਝਾਰ ਆ ਗਿਆ, ਉਹ ਇੱਕ ਮੇਰਾ ਅਜੀਤ ਹੋਰ ਆ ਗਿਆ, ਇੱਕ ਮੇਰਾ ਜ਼ੋਰਾਵਰ ਸਿੰਘ, ਇੱਕ ਮੇਰਾ ਫਤਿਹ ਸਿੰਘ ਹੋਰ ਆ ਗਿਆ। ਪਰ ਜੇ ਖਾਲਸਾ ਤੇਰੇ ਸਿਰ 'ਤੇ ਦਸਤਾਰ ਨਹੀਂ, ਤੇਰੇ ਸਿਰ 'ਤੇ ਦਾੜੀ ਨਹੀਂ, ਤਾਂ ਤੂੰ ਸਾਹਿਬਜ਼ਾਦਾ ਅਜੀਤ ਸਿੰਘ ਕਹਾਉਣ ਦਾ ਹੱਕ ਹੈ। ਫਿਰ ਤੇਰੇ ਨੇ ਤਾਂ ਮਾਣ ਕੀਤਾ ਸੀ ਇਨ ਪੁੱਤਰ ਕੇ ਸੀਸ ਪਰ, ਸਾਡੇ ਬਜ਼ੁਰਗ ਬੈਠੇ ਸੀ ਨਾ, ਦਾਦੇ ਪੜਦਾਦੇ ਨਗਰ ਦਾਦੇ, ਜਿਹਨਾਂ ਵੱਲ ਮਾਣ ਕਰਕੇ ਆਖਿਆ ਸੀ ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੰਮ੍ਰਿਤ ਦੀ ਦਾਤ ਨੇ ਸਾਰੇ ਪੰਥ ਨੂੰ ਇੱਕ ਕੀਤਾ ਸੀ। ਉਸ ਵੇਲੇ ਖੰਡ ਹੈਗੀ ਸੀ, ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ ਮਾਖਿਓ ਮਾਂਝਾ ਦੁੱਧ ਸ਼ਹਿਦ ਹੈਗਾ ਸੀ, ਸੱਚੇ ਪਾਤਸ਼ਾਹ ਨੇ ਉਹ ਕਿਉਂ ਨਹੀਂ ਪਾਇਆ ਬਾਟੇ ਦੇ ਵਿੱਚ? ਇੱਕ ਤਾਂ ਬੀਬੀਆਂ ਕੋਲੋਂ ਪਵਾਇਆ, ਕੱਲ ਨੂੰ ਕਿਤੇ ਕਹਿਣ ਨਾ ਸਿੰਘ ਕਿ ਬੀਬੀ ਉਦੋਂ ਤੂੰ ਉੱਠੀ ਨਹੀਂ, ਪੰਜ ਸਿੰਘੇ ਹੀ ਉੱਠੇ ਸੀ ਜਦੋਂ ਮੈਂ ਕਿਹਾ ਸੀ ਮੈਨੂੰ ਸਿਰ ਦੀ ਲੋੜ ਹੈ, ਕਿਤੇ ਤੇਰੇ ਨਾਲ ਵਿਤਕਰਾ ਨਾ ਹੋਣ ਲੱਗ ਪਵੇ ਕਿ ਤੂੰ ਸੀਸ ਨਹੀਂ ਦਿੱਤਾ। ਇਹ ਲਈ ਆ ਭਾਵੇਂ ਬੀਬੀ ਜੀਤੋ ਜੀ ਮਾਤਾ ਅਜੀਤ ਕੌਰ ਸੀ, ਭਾਵੇਂ ਮਾਤਾ ਸਾਹਿਬ ਕੌਰ ਸੀ, ਉਹਨਾਂ ਨੂੰ ਆਖਿਆ ਔਰਤ ਜਾਤ ਨੂੰ ਬਰਾਬਰ ਦਾ ਦਰਜਾ ਇੱਥੇ, ਇਸ ਲਈ ਪਤਾਸੇ ਉਹਨਾਂ ਕੋਲੋਂ ਪਵਾ ਕੇ। ਪਰ ਪਤਾਸੇ ਹੀ ਕਿਉਂ ਪਵਾਏ? ਸ਼ਹਿਦ ਨਹੀਂ ਪਵਾ ਲਿਆ, ਹੋਰ ਮਿੱਠਾ ਨਹੀਂ ਪਵਾ ਲਿਆ, ਗੁੜ ਦਾ ਵੀ ਜ਼ਿਕਰ ਆਉਂਦਾ ਏ, ਗੁੜ ਕਰ ਗਿਆਨ ਧਿਆਨ ਕਰਤਾ ਹੋਵੇ, ਗੁੜ ਕਿਉਂ ਨਹੀਂ ਘੋਲਿਆ? ਦਰਸ ਪਤਾਸੇ ਕੋਈ ਛੋਟਾ ਹੁੰਦਾ ਏ, ਕੋਈ ਵੱਡਾ ਹੁੰਦਾ ਏ, ਕੋਈ ਚਪਟਾ ਹੁੰਦਾ ਏ, ਕੋਈ ਛੇਕ ਵਾਲਾ ਹੁੰਦਾ ਏ, ਕੋਈ ਸਾਬਤਾ ਹੁੰਦਾ ਏ। ਸੱਚੇ ਪਾਤਸ਼ਾਹ ਨੇ ਕਿਹਾ ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਔਰਤ ਹੈ, ਕੋਈ ਮਰਦ ਹੈ, ਕੋਈ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦ ਵੈਸ਼, ਕੋਈ ਵੀ ਹੈ, ਵੀ ਜਦੋਂ ਇਸ ਬਾਟੇ ਦੇ ਵਿੱਚ ਪੈ ਗਏ ਨਾ, ਉੱਧਰ ਤੇ ਖੰਡਾ ਜਿਹੜਾ ਹੈ ਉਹਦੀ ਧਾਰ ਚੱਲਣ ਲੱਗ ਪਈ, ਤੇ ਪੰਜਾਂ ਸਿੰਘਾਂ ਨੇ ਜਦੋਂ ਖੰਡਾ ਫੇਰਿਆ, ਫਿਰ ਉਹ ਛੋਟੇ ਮੋਟੇ ਨਿੱਕੇ ਵੱਡੇ ਪਤਾਸੇ ਸਾਰੇ ਨਾ ਅੰਮ੍ਰਿਤ ਦਾ ਰੂਪ ਹੋ ਗਏ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਜਾਤ ਪਾਤ ਦਾ ਖਾਤਮਾ ਕਰ ਦਿੱਤਾ ਸੀ। ਪਰ ਅੱਜ ਉਹੀ ਜਾਤ ਪਾਤ ਸਾਡੀਆਂ ਖੱਖੜੀਆਂ ਕਰ ਰਹੀ ਹੈ, ਸਾਡੀਆਂ ਸੰਸਥਾਵਾਂ ਵਿੱਚ, ਸਾਡੇ ਘਰਾਂ ਦੇ ਵਿੱਚ ਕਲੇਸ਼ ਪਾ ਰਹੀ ਹੈ, ਧੰਨ ਕਿ ਜਦਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਕੀਤਾ ਸੀ। ਬਹੁਤ ਕੁਛ ਕੀਤਾ ਜਾ ਸਕਦਾ ਹੈ। ਕੌਮ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਸਾਹਿਬ ਭਾਈ ਫੂਲਾ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ,
ਦਮਦਮੀ ਟਕਸਾਲ ਦੇ ਸਤਿਕਾਰਯੋਗ ਆਗੂ ਇੱਥੇ ਬੈਠੇ ਹੋਏ ਨੇ, ਵਿਦਿਆਰਥੀ ਬੈਠੇ ਹੋਏ ਸਨ, ਸਾਡੇ ਵੀਰ ਸਰਦਾਰ ਮੋਹਨ ਸਿੰਘ ਜੀ ਚੇਅਰਮੈਨ ਸਾਹਿਬ ਮੋਹਾਲੀ ਤੋਂ ਪਹੁੰਚੇ ਨੇ, ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੀ, ਸਰਦਾਰ ਸੋਹਣ ਸਿੰਘ ਜੀ, ਕਿੰਨੀਆਂ ਸ਼ਖਸੀਅਤਾਂ ਵੀਰ ਪਰਮਿੰਦਰ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਗੜਸ਼ੰਕਰ ਦੇ ਇੰਚਾਰਜ ਤਥਾ ਸਮੂਹ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਾਧ ਸੰਗਤ, ਬੇਨਤੀ ਕੋਈ ਕਰਨੀ ਹੈ ਕਿ ਜੇ ਸਤਿਗੁਰੂ ਨੇ ਸਾਡੇ ਲਈ ਸਰਬੰਸ ਵਾਰ ਦਿੱਤਾ ਨਾ ਤਾਂ ਥੋੜ੍ਹਾ ਕੁ ਸਾਡਾ ਵੀ ਕੋਈ ਫਰਜ਼ ਬਣਦਾ ਹੈ। ਜੇ ਇੱਥੇ ਆਏ ਹੋ ਤਾਂ ਕੁਛ ਨਾ ਕੁਛ ਲੈ ਕੇ ਜਾਇਓ। ਉਹ ਲੈ ਕੇ ਕੀ ਜਾਣਾ? ਦੁੱਧ ਤੁਸੀਂ ਮੰਗ ਲਿਆ ਹੋਣਾ, ਪੁੱਤ ਮੰਗ ਲਏ ਹੋਣੇ, ਜ਼ਮੀਨ ਜਾਇਦਾਦਾਂ ਮੰਗ ਲੈਣੀਆਂ ਹੋਣੀਆਂ, ਆਪਣੇ ਉਹਨਾਂ ਦੇ ਵਿੱਚ ਮੁਕੱਦਮਿਆਂ ਦੀਆਂ ਜਿੱਤਾਂ ਸਭ ਕੁਛ ਮੰਗਿਆ ਹੋਣਾ। ਪਰ ਜਿਹੜੀ ਗੱਲ ਸਤਿਗੁਰੂ ਨੇ ਆਖੀ ਸੀ ਨਾ, ਉਹ ਗੱਲ ਸੀ ਬਿੰਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬਈ ਜਿਹੜੀ ਨਾਮ ਦੀ ਦਾਤ ਸੀ ਉਹ ਨਾਮ ਰੋਜ਼ਾਨਾ ਜਪਣਾ ਸੀ। ਚੇਤਾ ਰੱਖਿਓ, ਪੰਜ ਬਾਣੀਆਂ ਦਾ ਹੀ ਪਾਠ ਹੁੰਦਾ ਨਾ ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ, ਤੇ ਰੋਜ਼ਾਨਾ ਅੰਮ੍ਰਿਤ ਛਕ ਲਓ, ਜਪਜੀ ਵਿੱਚੋਂ ਭਗਤੀ ਲਓ, ਜਾਪ ਵਿੱਚੋਂ ਸ਼ਕਤੀ ਲਓ, ਸਵੀਆਂ ਵਿੱਚੋਂ ਤਿਆਗ ਲਓ, ਔਰ ਚੁਪਈ ਵਿੱਚੋਂ ਨਿਮਰਤਾ ਲਓ, ਆਨੰਦ ਵਿੱਚੋਂ ਕੋਮਲਤਾ ਲੈ ਕੇ ਬਹਾਦਰੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਦੇ ਦਿੱਤੀ ਸੀ ਵੀ ਜੋ ਤੋਂ ਪ੍ਰੇਮ ਖੇਲਣ ਕਰ ਜਾਓ। ਤੁਹਾਡੀ ਬਹਾਦਰੀ ਦੀ ਘਟਨਾ ਸੁਣਾ ਕੇ ਮੈਂ ਕਿਵਾਂ ਐਵੇਂ ਚੇਤਾ ਆ ਜਾਂਦਾ, ਕਈ ਵਾਰ ਨਾ ਮੁੜ ਕੇ ਪਤਾ ਨਹੀਂ ਅਗਲੇ ਸਾਲ ਮੈਂ ਹੋਣਾ ਜਾਂ ਕਿੰਨੀ ਕੁ ਉਮਰ ਹੈ। ਪਰ ਜਿੰਨਾ ਕੁ ਅੰਦਰ ਹੈ ਉਹਦੇ ਵਿੱਚੋਂ ਕੋਈ ਖਾਸ ਖਾਸ ਗੁਣ ਦੱਸ ਦੇਵਾਂ। ਉਹ ਖਾਸ ਖਾਸ ਗੁਣ ਕੀ ਨੇ, ਖਾਸ ਖਾਸ ਗੱਲਾਂ ਕੀ ਨੇ ਖਾਲਸੇ ਦੀਆਂ, ਬਹਾਦਰੀ ਦੀਆਂ? ਆ ਸਿੰਗਾਪੁਰ ਇਹ ਹੈ ਦੇਸ਼, ਇੱਥੇ 1,00,000 ਮੁਰਦੇ ਦੱਬਣ ਵਾਲੀ 85 ਏਕੜ ਜ਼ਮੀਨ ਦੇ ਵਿੱਚ 1,00,000 ਮੁਰਦੇ ਦੱਬੇ ਪਏ ਨੇ, ਅਤੇ ਉਹਨਾਂ ਦੇ ਵਿੱਚ 3,000 ਸਿੱਖਾਂ ਦੇ ਬੁੱਤ ਵੀ ਖੜ੍ਹੇ ਕੀਤੇ ਵੇ। ਇਹ ਬਹਾਦਰੀ ਹੈ ਤੁਹਾਡੀ? ਜਦੋਂ ਚਟਾਏ ਪੂਨਾ ਦੇ ਉੱਥੋਂ ਦੇ ਚੌਕੀਦਾਰ ਜਾਂ ਅਧਿਕਾਰੀ ਨੂੰ ਪਰਮਿੰਦਰ ਸਿੰਘ ਪੰਜਾਬ ਕੇਸਰੀ ਦੇ ਪੱਤਰਕਾਰ ਨੇ ਪੁੱਛਿਆ ਨਾ, ਆਹ ਸਿੱਖਾਂ ਦੇ ਬੁੱਤ ਕਿਉਂ ਲਾ ਦਿੱਤੇ? ਕਹਿਣ ਲੱਗੇ, ਸਰਦਾਰ ਸਾਹਿਬ 1940 ਤੋਂ 45 ਤੱਕ ਦੂਜਾ ਵਿਸ਼ਵ ਯੁੱਧ ਹੋਇਆ, ਇਹਨਾਂ ਸਿੱਖ ਸਰਦਾਰਾਂ ਦੀ ਡਿਊਟੀ ਲੱਗੀ ਸੀ, ਸਾਡਾ ਦੇਸ਼ ਚਾਈਨਾ ਦਾ ਹਿੱਸਾ ਸੀ, ਬਸਤੀ ਸੀ, ਬਈ ਤੁਸੀਂ ਇਹਨਾਂ ਚਾਈਨਾ ਦੇ ਲੋਕਾਂ ਦੀ ਰੱਖਿਆ ਕਰਨੀ ਹੈ। ਸਿੱਖਾਂ ਨੇ ਸੀਸ ਤਲੀ 'ਤੇ ਰੱਖ ਕੇ ਸਾਡਾ ਇੱਕ ਬੱਚੇ ਦਾ ਵੀ ਨੁਕਸਾਨ ਨਹੀਂ ਹੋਣ ਦਿੱਤਾ। ਉਦੋਂ ਤੋਂ ਸਾਡੇ ਸਿੱਖਾਂ ਦਾ, ਸਾਡੇ ਸਿੰਘਾਪੁਰੀਆਂ ਦਾ ਇਹ ਵਿਸ਼ਵਾਸ ਬਣ ਗਿਆ ਵੀ ਸੰਸਾਰ ਦੀ ਸਭ ਤੋਂ ਬਹਾਦਰ ਕੌਮ ਜਿਹੜੀ ਹੈ ਨਾ, ਉਹ ਲੋਕ ਵਿੱਚ ਵੀ ਮਾਨਵਤਾ ਦੀ ਰੱਖਿਆ ਕਰਦੀ ਹੈ ਅਤੇ ਪਰਲੋਕ ਵਿੱਚ ਵੀ ਇਹੀ ਸਾਡੀ ਰੱਖਿਆ ਕਰਨਗੇ। ਇਸ ਲਈ ਇਹ ਸਿੱਖਾਂ ਦੇ ਬੁੱਤ ਵੀ ਨਾਲ ਲਾਏ ਤਾਂ ਕਿ ਸਵਰਗਾਂ ਵਿੱਚ ਵੀ ਜਾ ਕੇ ਜੇ ਕੋਈ ਸਵਰਗ ਹੈ ਉਹ ਸਾਡੀ ਰੱਖਿਆ ਕਰ ਸਕਣ। ਇਹ ਤੁਹਾਡੀ, ਉਹਨਾਂ ਨੇ ਨਾਮ ਵੀ ਸਿੰਘਾਪੁਰ ਤਾਂ ਹੀ ਪਾਇਆ, ਪਹਿਲਾਂ ਗੱਗੇ ਨਾਲ ਸੀ ਫਿਰ ਘੱਗੇ ਨਾਲ ਕਰ ਦਿੱਤਾ। ਉਹ ਚਟਾਏ ਪੂ ਨਾਂ ਦਾ ਉੱਥੇ ਦਾ ਅਧਿਕਾਰੀ ਜਿਹੜਾ 85-84 ਸਾਲ ਦੀ ਉਮਰ ਦਾ, ਉਹ ਆਪ ਦੱਸ ਰਿਹਾ ਸੀ। ਅਕਾਲੀ ਫੂਲਾ ਸਿੰਘ ਵਰਗੇ ਯੋਧੇ, ਹਰੀ ਸਿੰਘ ਨਲਵਾ ਵਰਗੇ, ਮੈਂ ਇੱਕ ਗੱਲ ਕਹੀ ਸੀ ਪਹਿਲਾਂ ਵੀ ਹਿਮਾਲੇ ਨਾਲ ਜਾ ਕੇ ਜੋ ਕਦਮ ਆਪਣੇ ਆਪਣਾ ਬੰਕੜੇ ਮਰਜੀਵੜੇ ਇਨਸਾਨ ਪੈਦਾ, ਇੱਕ ਦਾ ਇੱਕ ਝਾਕੀ ਦੱਸਣੀ ਹੈ। ਸਰਦਾਰ ਭਾਈ ਸਾਹਿਬ ਭਾਈ ਦੁੱਖ ਨਿਵਾਰਨ ਸਾਹਿਬ ਤੋਂ ਕਥਾ ਕਰਦੇ ਨੇ, ਜਸਵੀਰ ਸਿੰਘ ਜੀ ਚਾਕਰ,
ਉਹਨਾਂ ਦੇ ਦੋਸਤ ਦਾ ਦਾਦੇ ਦਾ ਦਾਦਾ ਇੱਕ ਗੱਲ ਸੁਣਾਉਂਦਾ ਹੁੰਦਾ ਸੀ ਜਿਹੜੀ ਉਹਨਾਂ ਨੇ ਸੁਣਾਈ, ਬਈ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਜਰਨੈਲ ਚਿਤੌੜ ਦਾ ਕਿਲ੍ਹਾ ਜਿੱਤਿਆ, ਜਬਰੋਧ ਦਾ ਕਿਲ੍ਹਾ ਜਿੱਤਿਆ ਅਤੇ ਉੱਥੇ ਆਪਣੀ ਰਿਹਾਇਸ਼ ਕਰ ਲਈ, ਉੱਥੇ ਦਾ ਗਵਰਨਰ ਬਣਾ ਦਿੱਤਾ। ਉਹ ਜਾਂਦੇ ਹੁੰਦੇ ਸੀ ਬਾਰਡਰ ਟੱਪ ਕੇ ਨਾ ਦੂਜੇ ਦੇਸ਼ ਦੇ ਵਿੱਚ।